Signale di curva. signal morda. Pericolosa. Catravola a sinistra. Cabino. La figura rappresenta. A dirittura svire di Kai. Un segnale di pericolo. E che segnale è? Catreda. Il segnale raffigurato. Prenuncia. Signal di caglia signal prenuncia da sdae una curva e pericolosa catrevala a sinistra cabenu. Il segnale raffigurato prenuncia un tratto di strada, sarda da, da e cahissa non rettilineo non rettilineo, rettilineo madrabunda sida, yadar keo rettilineo, vado sida non rettilineo malga sida niya, con chi abingaman ਮੋੜਿਆ ਕਿ ਲਿਮਿਟਾ ਜੋ ਸੀਮਿਤ ਕਰਦਾ ਹੈ ਲਾ ਵਿਜ਼ਿਬਿਲਿਤਾ ਦੇਖ ਨੂੰ 뷰 ਨੂੰ ਸੀਮਿਤ ਕਰਦਾ ਹੈ ਸੋ ਇਲ ਸਨੇਅਲੈਰਾ ਫਿਗੁਰਾਟੋ ਪ੍ਰੇਨੁੰਨਕਿਆ ਸਿਗਨਲ ਦਿਖਾਇਆ ਗਿਆ ਦੱਸਦਾ ਹੈ ਉਨ ਤਰਾਤ ਤੋਂ ਇੱਕ ਹਿੱਸਾ ਦੀ ਸਟਰਾਦਾ ਸੜਕ ਦਾ ਕਿ ਕੂਰਵਾ ਅਸਿਨਿਸਟਰਾ ਜੋ ਮੋੜਿਆ ਖੱਬੇ ਨੂੰ ਸੋ ਕੇ ਦਾ ਮਤਲਬ ਇੱਥੇ ਕਿ ਕਾਤੋਂ ਵਰਤਿਆ ਗਿਆ ਵਾ ਕਿ ਜਿਹੜਾ ਵਰਤਿਆ ਗਿਆ ਵਾ ਇਹ ਪ੍ਰੋਨੋਮੇ ਰੈਲਾਟਿਵ ਤੋਰ ਤੇ ਵਰਤਿਆ ਗਿਆ ਕਿਉਂਕਿ ਕਿ ਇਹਦਾ ਮਤਲਬ ਤੁਹਾਨੂੰ ਪਤਾ ਕੀ ਹੁੰਦਾ ਵਾ ਪਰ ਇੱਥੇ ਜੋ ਦੇ ਤੌਰ ਤੇ ਵਰਤਿਆ ਗਿਆ ਵਾ ਕਿ ਜੋ ਦੋ ਸੈਂਟੈਂਸਾਂ ਦੇ ਵਿੱਚ ਸਬੰਧ ਬਣਾਉਂਦਾ ਸੋ ਕਈ ਵਾਰ ਨਹੀਂ ਕਿੰਨੀ ਚੀਜ਼ਾਂ ਦੇ ਤੁਸੀਂ ਕਨਫਿਊਜ਼ ਹੋ ਸਕਦੇ ਹੋ ਤਾਂ ਕਰਕੇ ਤੁਹਾਨੂੰ ਥੋੜਾ ਜਿਹਾ ਇੰਨਾਂ ਚੀਜ਼ਾਂ ਬਾਰੇ ਵੀ ਨੋਲਿਜ ਹੋਣੀ ਚਾਹੀਦੀ ਆ ਕਿ ਕੂਰਵਾ ਜੋ ਮੋੜ ਆ ਆਸਿਨੀਸਤਰਾ ਖੱਬੇ ਨੂੰ ਕੋਨ ਲਿਮਿਟਾਤਾ ਵਿਜ਼ਿਬਿਲਿਤਾ ਲਿਮਿਟਾਤਾ ਵਿਜ਼ਿਬਿਲਿਤਾ ਕਿ ਸੀਮਤ ਦੇਖ ਦੇ ਨਾਲ ਸਿਗਨਲ ਨੇ ਆਲੇ ਦਾ ਫਿਗੂਰ ਆਤੋ ਜਿਹੜਾ ਸਿਗਨਲ ਦਿਖਾਇਆ ਗਿਆ ਵਾ ਪ੍ਰੀਨੂੰਚਾ ਦੱਸਦਾ ਵਾ ਦੀ ਨੋਰਮਾ ਆਮ ਤੌਰ ਤੇ 80 ਮੀਟਰ 150 ਮੀਟਰ ਤੇ ਉਹਨਾ ਕੁਰਵਾ ਇੱਕ ਮੋਰਿਆ ਪੈਰੀਕਲੋਸਾ ਖਤਰੇ ਵਾਲਾ ਜੋ ਜਿਹੜਾ ਸਿਗਨਲ ਦਿਖਾਇਆ ਗਿਆ ਵਾ ਦੱਸ ਰਿਹਾ ਕਿ 150 ਮੀਟਰ ਤੇ ਇੱਕ ਖਤਰੇ ਵਾਲਾ ਮੋੜ ਆਉਣ ਵਾਲਾ ਵਾ ਠੀਕ ਹੈ ਤੁਹਾਨੂੰ ਪਤਾ ਹੈ ਕਿ 150 ਮੀਟਰ ਪਹਿਲਾਂ ਹੀ ਇਹ ਸਾਨੂੰ ਸਿਗਨਲ ਮਿਲ ਜਾਂਦਾ ਵਾ ਸੋ ਇਸ ਲਈ ਇਹ ਚੀਜ਼ ਹੈ ਇਲ ਸਿਨੇਾਲੇ 라ਫਿਗੁਰਾਟੋ ਪ੍ਰੇਨੁੰਜਾ ਦਿਖਾਇਗਾ ਸਿਗਨਲ ਦੱਸਦਾ ਹੈ ਉਨ ਤਰਾਤ ਤੋਂ ਇੱਕ ਹਿੱਸਾ ਦੀ ਸਟਰਾਦਾ ਸੜਕ ਦਾ ਪੈਰੀਕੋਲੋਸੋ ਕਾਤਰੇਵਾਲਾ ਵਾ ਪਰ ਰਿਦੋਟੋ ਵਿਜ਼ਿਬਿਲਿਤਾ ਕਾਟ ਦੇਖ ਲਈ ਕਿਉਂਕਿ ਤੁਹਾਨੂੰ ਪਤਾ ਹੈ ਕਿ ਇੱਕ ਥੋੜਾ ਮਨ ਲੈ ਕਿ ਤੁਹਾਨੂੰ ਦੇਖ ਸਕਦਾ ਪੂਰਾ ਕਲੀਅਰ ਨਹੀਂ ਵਿਊ ਤੁਹਾਡੇ ਸਾਹਮਣੇ ਆਊਗਾ ਕਿਉਂਕਿ ਮੋੜ ਆ ਮੋੜ ਤੋਂ ਮੰਨ ਲਓ ਤੁਹਾਡੀ ਗੱਡੀ ਇੱਥੇ ਆ ਐਗਜ਼ਾਮਪਲ ਆ ਮੇਰਾ ਆ ਜਿਹੜਾ ਮਾਊਸਾ ਮਾਊਸਾ ਵੇਖੋ ਜਿੱਥੇ ਐਰੋ ਚੱਲਦਾ ਪਿਆ ਵਾ ਆ ਮੈਂ ਇੱਥੇ ਚੱਲਦਾ ਪਿਆ ਵਾ ਮੇਰੀ ਦੇਖ ਇੱਥੋਂ ਤੱਕ ਆਹ ਵਿਊ ਵਿਖੂਗਾ ਮੈਨੂੰ ਆ ਮੋੜ ਵਾਲਾ ਨਹੀਂ ਵਿਖੂਗਾ ਕਿਉਂਕਿ ਮੋੜ ਆ ਗਿਆ ਮੈਨੂੰ ਨਹੀਂ ਪਤਾ ਕਿ ਮੋੜੋ ਕੀ ਹੋਉਂਦਾ ਹੈ ਕਿਹੜੀ ਗੱਡੀ ਆਉਂਦੀ ਕੀ ਨਹੀਂ ਆਉਂਦੀ ਸੋ ਰਿਦੋਤਾ ਵਿਜ਼ਿਬਿਲਿਟੀ ਤਾਂ ਹੀ ਹੋਗੀ ਇਲ ਸਨੇਹਾਲੇ ਰਫਿਗੁਰਾਤੋ ਰਿਕੇਦੇ ਰਿਕੇਦੇ ਦੀ ਮੋਡੇਰਾਰੇ ਲੋੜ ਆ ਅ ਮੋਡੇਰਾਰੇ ਦਰਮਿਆਨੀ ਰੱਖਣ ਦੀ ਲਾ ਵਿਲੋਚਿਤਾ ਸਪੀਡ ਪੇਰ ਪੋਤੇਰਸੀ ਅਰੇਸਟਾਰੇ ਪਰ ਪਤੇਰ ਸੀ ਰਸਤਾ ਰੇ ਇਨ ਕਾਸੋ ਦੀ ਉਸਤਾਕੋਲੋ ਇੰਪਰੋਵੀਜ਼ੋ ਪਰ ਪਤੇਰ ਸੀ ਰਸਤਾ ਰੇ ਕੀ ਰੁਕਣ ਲਈ ਇਨ ਕਾਸੋ ਦੀ ਉਸਤਾਕੋਲੋ ਇੰਪਰੋਵੀਜ਼ੋ ਕਿ ਜਦੋਂ ਤੁਹਾਡੇ ਸਾਹਮਣੇ ਅਚਾਨਕ ਰੁਕਾਵਟ ਹੁੰਦੀ ਆ ਉਸ ਮਾਮਲੇ ਵਿੱਚ ਅਚਾਨਕ ਤੁਹਾਡੇ ਸਾਹਮਣੇ ਕੋਈ ਰੁਕਾਵਟ ਹੁੰਦੀ ਆ ਉਸਤਾਕੋਲੋ ਮੜਾ ਰੁਕਾਵਟ ਇੰਪਰੋਵੀਜ਼ੋ ਜਦੋਂ ਅਚਾਨਕ ਹੁੰਦੀ ਆ ਇਨ ਕਾਸੋ ਕਿ ਇਸ ਮਾਮਲੇ ਵਿੱਚ ਪਿਰ ਪਤੇਰ ਸੀ ਰਸਤਾ ਰੇ ਕੀ ਡਰੋਪ ਕਰਨ ਦੇ ਲਈ ਠੀਕ ਹੈ ਜੀ ਸੋ ਇਹ ਚੀਜ਼ ਕਰਕੇ ਕਿ ਇਹਦੇ ਲੋਡ ਹੈ ਜੀ ਮੋਦੇ ਰਾਰੇ ਕਰਨ ਦੀ ਜਿਹੜੀ ਦਰਮਿਆਨੀ ਰੱਖਣ ਦੀ ਸਪੀਡ ਨੂੰ ਅੱਗੇ ਜੀ ਕੰਪੋਰਟਮੈਂਟੀ ਬਿਹੇਵੀਅਰ ਦਾ ਤਨੈ ਰੱਖਣ ਦਾ ਇਨ ਪ੍ਰੈਸੈਂਸਾ ਮੌਜੂਦਗੀ ਵਿੱਚ ਦਲ ਸਨਿਆਲ ਸਿਗਨਲ ਦੀ ਮੌਜੂਦਗੀ ਵਿੱਚ ਦੇਕੂਰਵਾ ਪੈਰੀ ਕੋਲੋਸਾ ਅਸਨੀਸਟਰਾ ਕਬੇ ਨੂੰ ਕਤਰਨਾ ਕਾ ਮੋੜ ਦੇ ਸੋ ਜਦੋਂ ਤੁਹਾਨੂੰ ਖੱਬੇ ਨੂੰ ਖਤਰਨਾਕ ਮੋੜ ਮਿਲਦਾ ਵਾ ਜਦੋਂ ਉਹ ਵਾਲਾ ਤੁਹਾਨੂੰ ਸਿਗਨਲ ਮਿਲਦਾ ਵਾ ਤੁਸੀਂ ਕਿਸ ਤਰ੍ਹਾਂ ਦਾ ਬਿਹੇਵੀਅਰ ਰੱਖਣਾ ਵਾ ਕਿਸ ਤਰ੍ਹਾਂ ਦਾ ਤੁਹਾਡਾ ਕੰਪੋਰਟਮੈਂਟ ਹੋਣਾ ਚਾਹੀਦਾ ਵਾ ਉਸ ਚੀਜ਼ ਬਾਰੇ ਪੜਾਂਗੇ ਇਨਪ੍ਰੈਸੈਂਸਾ ਦੈਲ ਸੇਨੇਆਲੇ ਦਾ ਫਿਗੂਰਾਟੋ ਦਿਖਾਏਗਾ ਸਿਗਨਲ ਦੀ ਮੌਜੂਦਗੀ ਵਿੱਚ ਸੂ ਹੁਨਾਸਟਰਾ ਦਾ ਇੱਕ ਸੜਕ ਤੇ ਆ ਦੋ ਪਿਓ ਸੈਂਸੋ ਦੀ ਸਰਕੂਲੇਸਿਓ ਨੇ ਕਿ ਦੋਵੇਂ ਪਾਸੇ ਦੀ ਆਵਾਜਾਈ ਆ ਕੋਨ ਦੂਏ ਸੋਲੇ ਕੋਰਸੀਏ ਸਿਰਫ ਦੋ ਕੋਰਸੀਏ ਦੇ ਨਾਲ ਸੀ ਦੇ ਵਿੱਚ ਕੋਲਾਰੇ ਕਿ ਚੱਲਣਾ ਪਏਗਾ ਇਲ ਪਿਉ ਪੋਸੀਬਿਲੇ ਜਿੰਨਾ ਸੰਭਵ ਹੋ ਸਕੇ ਵਿਚੀਨੋ ਮਤਲਬ ਨੇੜੇ ਨਜ਼ਦੀਕ ਅਲਮਾਰ ਜਿਨੇ ਦਸਰੋ ਕੀ ਸਜੇ ਕਿਨਾਰੇ ਵਲ ਇਨ ਪ੍ਰੈਸੈਂਸਾ ਦਲਸਨੇ ਹਾਲੇ ਦਿਖਾਏ ਗਿਆ ਸਿਗਨਲ ਦੀ ਮੌਜੂਦਗੀ ਵਿੱਚ ਰਾਫੀ ਗੁਰਾਤੋ ਦਿਖਾਏ ਗਿਆ ਸਿਗਨਲ ਦੀ ਮੌਜੂਦਗੀ ਵਿੱਚ ਰਾਫੀ ਗੁਰਾਤੋ ਦੱਸਿਆ ਗਿਆ ਹੈ ਐ ਨੈਚੇਸਾਰਿਓ ਜ਼ਰੂਰੀ ਹੈ ਰੈਗੂਲਾਰੇ ਰੈਗੂਲੇਟ ਕਰਨਾ ਲਾ ਵਿਲੋਚਿਤਾ ਸਪੀਡ ਨੂੰ ਇਨ ਰਿਲਾਸੀਓਨੇ ਅਲਾ ਵਿਜ਼ੀਬਿਲਿਟਾ ਦੇਖ ਦੇ ਸਬੰਧ ਵਿੱਚ ਰਿਲਾਸੀਓਨੇ ਮਤਲਬ ਸਬੰਧ ਸੋ ਇਨ ਮਤਲਬ ਵਿੱਚ ਦੇਖ ਦੇ ਸਬੰਧ ਵਿੱਚ ਇਹ ਅਤੇ ਰਾਜੋ ਦਲਾ ਕੂਰਵਾ ਸੋ ਜਿਹੜਾ ਮੋੜ ਹੈ ਉਹਦੀ ਗੁਲਾਈ ਤੇ ਆ ਜਿਹੜੀ ਗੁਲਾਈ ਆ ਇਹ ਕੀ ਆ ਇਹ ਰਾਜੋ ਆ ਇਹਨੂੰ ਰਾਜੋ ਕਹਿੰਦੇ ਆ ਇਨ ਪ੍ਰੈਸੈਂਸਾ ਦਰਸਨੇ ਵਾਲੇ ਰਫੀਗੁਰਾ ਤੋਂ ਦਿਖਾਇਆ ਗਿਆ ਸਿਗਨਲ ਦੀ ਮੌਜੂਦਗੀ ਵਿੱਚ ਐ ਨੇਚਸਾਰੀਓ ਜ਼ਰੂਰੀ ਆ ਪਰ ਕੋਰੇ ਚੱਲਣਾ ਲਾ ਕੁਰਵਾ ਮੋੜ ਤੇ ਕੌਨ ਪਿਉ ਅਟੈਂਸਿਓਨੀ ਜਿਆਦਾ ਧਿਆਨ ਨਾਲ ਸੇ ਅਗਰ ਲਾਸਟਰਾਦਾ ਸੜਕ ਐ ਬਨਿਆ ਤਾਂ ਅਗਰ ਸੜਕ ਗਿੱਲੀ ਆ ਇਨ ਪ੍ਰੈਸੈਂਸਾ ਦਸੇਨਿਆਲੇ ਰਾਫਿਗੁਰਾਟੋ ਦਿਖਾਈ ਗਏ ਸਿਗਨਲ ਦੀ ਮੌਜੂਦਗੀ ਵਿੱਚ ਨੋਨ ਐ ਕੋਂਸੈਂਤੀਤੋ ਇਜਾਜ਼ਤ ਨਹੀਂ ਆ ਸੋਰਪਸਾ ਆਰੇ ਓਵਰਟੇਕ ਕਰਨ ਦੀ ਆਲਤਰੀ ਵੀ ਇਕੁਅਲੀ ਕਿ ਜਿਹੜੇ ਵਾਹਨ ਆ ਹੋਰ ਵਾਹਨ ਜਿਹੜੇ ਚੱਲਦੇ ਪਏ ਆ ਉਹਨਾਂ ਨੂੰ ਓਵਰਟੇਕ ਕਰਨ ਦੀ ਇਜਾਜ਼ਤ ਨਹੀਂ ਆ ਸੋ ਕੌਨਸੈਂਟੀ ਤੋਂ ਮਲੇ ਇਜਾਜ਼ਤ ਨਹੀਂ ਹੈ ਕਿਉਂਕਿ ਕੌਨਸੈਂਟੀ ਰੇਤ ਵਾਇਆ ਵਾ ਸੁਣਾ ਕਰੇ ਜਾਤਾ ਇੱਕ ਕਰੇ ਜਾਤਾ ਤੇ ਅਦੋਪਿਓ ਸੈਂਸੋ ਦੀ ਸਰਕੂਲਰ ਸੋਨੇ ਕਿ ਜਿੱਥੇ ਦੋਵੇਂ ਪਾਸੇ ਦੀ ਆਵਾਜਾਈ ਆ ਕੌਨ ਦੂਏ ਸੋਲੇ ਕੋਰਸੀਏ ਸਿਰਫ ਦੋ ਕੋਰਸੀਏ ਦੇ ਨਾਲ ਦੋ ਲੇਨ ਦੇ ਨਾਲ ਇਨ ਪ੍ਰੈਜ਼ੈਂਸ ਆ ਦਲਸਨੇ ਵਾਲੇ ਰੈਫਿਗੁਰਾਟੋ ਦਿਖਾਈ ਗਏ ਸਿਗਨਲ ਦੀ ਮੌਜੂਦਗੀ ਵਿੱਚ ਸੀ ਦੇਵੇ ਵਿਆਚਾਰ ਸੀ ਦੇਵੇ ਵਿਆਚਾਰ ਕਿ ਤੁਹਾਨੂੰ ਸਫਰ ਕਰਨਾ ਪਏਗਾ ਅਦ ਆਂਦਾ ਤੂਰਾ ਪਰਟਿਕੂਲਰਮੈਂਤੇ ਮੋਡੇਰਾਟਾ ਕੀ ਖਾਸ ਦਰਮਿਆਨੀ ਚਾਲ ਦੇ ਨਾਲ ਸੋ ਆਂਦਾ ਤੂਰਾ ਚਾਲ ਪਰਟਿਕੂਲਰਮੈਂਤੇ ਖਾਸ ਮੋਡੇਰਾਟਾ ਦਰਮਿਆਨੀ ਸੇ ਅਗਰ ਸੀ ਚੀਰ ਕੋਲਾ ਅਗਰ ਤੁਸੀਂ ਚੱਲਦੇ ਹੋ ਕੋਨ ਇਲ ਰੋਟੀਨੋ ਰੋਟੀਨੋ ਮਤਲਬ ਹੋ ਗਿਆ ਸਟਪਣੀ ਜਿਸ ਸਟਪਣੀ ਹੁੰਦੀ ਜਦੋਂ ਤੁਸੀਂ ਉਹ ਨਾਲ ਚੱਲਦੇ ਜਿਵੇਂ ਜਿਹਨੂੰ ਰੋਤਾ ਦੀ ਸਕੋਰਸੋ ਕਹਿੰਦੇ ਆ ਸੋ ਇਹ ਵੀ ਸੋਚ ਲਓ ਰੋਤਾ ਦੀ ਸਕੋਰਸੋ ਕਿਉਂ ਕਹਿੰਦੇ ਕਿਉਂਕਿ ਇਹ ਤੁਸੀਂ ਪੜੀਆਂ ਵਾਂ ਜਿਨ੍ਹਾਂ ਨੇ ਕਲਾਸਾਂ ਲਾਈਆਂ ਮੇਰੇ ਕੋਲ ਇਟਾਲੀਅਨ ਦੀਆਂ ਉਹਨਾਂ ਨੂੰ ਪਤਾ ਸਕੋਰਸੋ ਦਾ ਮਤਲਬ ਹੋ ਗਿਆ ਮਦਦ ਰੋਤਾ ਮਤਲਬ ਹੋਇਆ ਜਿਹੜਾ ਟਾਇਰ ਆ ਸੋ ਜਿਹੜਾ ਜਿਹੜਾ ਕੀ ਆ ਰੋਤਾ ਜਿਹੜਾ ਜਿਹੜਾ ਵਾ ਆਪਣਾ ਪਹੀਆ ਵਾ ਜਾਂ ਟਾਇਰ ਆ ਰੋਤਾ ਦੀ ਸਕੋਰਸੋ ਕਿਉਂਕਿ ਜਦੋਂ ਜਿਹੜਾ ਰੂਵਤਾ ਵਾ ਜਿਹੜਾ ਦੂਸਰਾ ਵਾ ਜਿਹੜਾ ਲੱਗਿਆ ਹੋਇਆ ਗੱਡੀ ਨੂੰ ਜਦੋਂ ਕੰਮ ਕਰਨ ਯੋਗ ਨਹੀਂ ਰਹਿੰਦਾ ਫਾਰ ਇਗਜ਼ਾਮਪਲ ਉਹਦਾ ਟਾਇਰ ਪੈਂਚਰ ਹੋ ਗਿਆ ਵਾ ਜਾਂ ਉਹਦੇ ਚ ਕੋਈ ਹੋਰ ਪ੍ਰੋਬਲਮ ਆ ਗਈ ਹੈ ਕਿ ਉਹ ਕੰਮ ਕਰਨ ਯੋਗ ਨਹੀਂ ਹੈਗਾ ਫਿਰ ਉਹਦੇ ਤੇ ਕਿਹੜਾ ਲਗਾਵਾਂਗੇ ਸੋ ਉਹਦੀ ਮਦਦ ਲਈ ਜਿਹੜਾ ਰੋਤਾ ਦੀ ਸਕੋਰਸ ਉਹ ਸਕੋਰਤਾ ਮਤਲਬ ਮਦਦ ਹੁੰਦਾ ਜਿਹੜਾ ਗੱਡੀ ਦੇ ਵਿੱਚ ਹੁੰਦਾ ਉਹ ਲਗਾਵਾਂਗੇ ਨਾ ਉਹ ਨੂੰ ਫਿੱਟ ਕਰਾਂਗੇ ਤੇ ਫਿਰ ਆਪਣਾ ਜਿਹੜਾ ਸਫਰ ਹੈ ਜਿਹੜਾ ਬਾਕੀ ਬਚਦਾ ਉਹ ਸਫਰ ਤੈਅ ਕਰਾਂਗੇ ਸੋ ਤਾਂ ਹੀ ਉਹਨੂੰ ਰੋਤਾ ਦੀ ਸਕੋਰਸੋ ਕਹਿੰਦੇ ਜਿੰਨੂੰ ਅਸੀਂ ਸਟੱਪਣੀ ਕਹਿੰਦੇ ਆ ਸੋ ਜਿੱਥੇ ਕੋਈ ਵੀ ਚੀਜ਼ ਹੁੰਦੀ ਹੈ ਨਾ ਇਹ ਇੱਕ ਜਦਾਂ ਕੀ ਕਈ ਜਗ੍ਹਾ ਕਈ ਚੀਜ਼ ਹੁੰਦੀ ਨਹੀਂ ਤੁਸੀਂ ਟਰਿਕ ਲੋ ਟਰਿਕ ਦੇ ਚੱਕਰ 'ਚ ਨਾ ਪਾਓ ਚੀਜ਼ ਨੂੰ ਸਮਝੋ ਤੁਹਾਨੂੰ ਪਤਾ ਲੱਗ ਜਾਊ ਕੱਲੀ-ਕੱਲੀ ਚੀਜ਼ ਕਿਉਂਕਿ ਸਾਰੀਆਂ ਚੀਜ਼ਾਂ ਰਿਪੀਟ ਹੋਣੀਆਂ ਵਾ ਪਰ ਤੁਹਾਡਾ ਵੀ ਫਰਚ ਮੰਦਾ ਕਿ ਚੀਜ਼ ਨੂੰ ਕੱਲੀ-ਕੱਲੀ ਨੂੰ ਸਮਝੋ ਕਿ ਤੁਹਾਨੂੰ ਹਰੇਕ ਚੀਜ਼ ਕਲੀਅਰ ਹੋਵੇ ਕਿ ਹਾਂ ਜੀ ਜੇ ਸਕੋਰ ਸੋ ਆ ਗਿਆ ਤਾਂ ਕੀ ਮਤਲਬ ਮੋਦੇ ਰਾਤ ਆ ਗਿਆ ਤਾਂ ਕੀ ਮਤਲਬ ਚੀਰ ਕੋਲਾ ਆ ਗਿਆ ਆਂਦਾ ਤੁਰ ਆ ਗਿਆ ਕੀ ਮਤਲਬ ਆ ਸੋ ਇਹ ਚੀਜ਼ਾਂ ਦਾ ਪਤਾ ਹੋਣਾ ਚਾਹੀਦਾ ਵਾ ਫੇਰ ਬੰਦਾ ਕਦੇ ਵੀ ਮਾਰ ਨਹੀਂ ਖਾਂਦਾ ਕਿਉਂਕਿ ਤੁਹਾਡੇ ਚ ਕੋਈ ਹੋ ਸਕਦਾ ਜਿਹਨੇ ਬੀ ਕੀਤਾ ਬੀ ਕਰਨਦਿਆਂ ਵਾ ਬਾਹ ਨੂੰ ਚੀ ਵੀ ਕਰਨਾ ਹੋਵੇ ਆਪਣਾ ਵਧੀਆ ਫਿਊਚਰ ਬਣਾਉਣ ਦੇ ਲਈ ਸਨੇਯਾਲੇ ਸਿਗਨਲ ਡੀ ਦੋਪਿਆ ਕਰਵਾ ਡਵਲ ਮੋਰਦਾ ਪੈਰੀਕਲੋਸਾ ਖਤਰੇ ਵਾਲਾ ਲਾਪਰੀਮਾ ਪਹਿਲਾ ਆਦ ਇਸ ਤਰ੍ਹਾਂ ਜਿਹੜਾ ਪਹਿਲਾ ਵਾ ਉਹ ਸੱਜੇ ਨੂੰ ਆ ਅ ਇਲ ਸਨੇਯਾਲੇ ਰਾ ਫਿਗੁਰਾਟੋ ਪ੍ਰੇਨੂਨਕਾ ਯਾ ਦਿਖਾਇਆ ਗਿਆ ਸਿਗਨਲ ਪ੍ਰੈਨੂਨ ਚਾ ਦੱਸਦਾ ਹੈ ਉਹਨਾ ਦੋ ਪੀਆ ਕਰਵਾ ਪੈਰੀਕੋਲੋਸਾ ਇੱਕ ਡਬਲ ਮੋੜਿਆ ਖਤਰੇ ਵਾਲਾ ਲਾਪਰੀਮਾ ਜਿਹੜਾ ਪਹਿਲਾ ਵਾ ਆਦੈਸਤਰਾ ਆਦੈਸਤਰਾ ਮਤਲਬ ਸੱਜੇ ਨੂੰ ਆ ਸੋ ਵੇਖੋ ਪਹਿਲਾ ਸੱਜੇ ਨੂੰ ਆਣਾ ਐ ਤੇ ਫਿਰ ਇੱਧਰ ਨੂੰ ਆ ਸੋ ਪਹਿਲਾਂ ਗੱਡੀ ਸੱਜੇ ਨੂੰ ਮੁੜਨੀ ਆ ਇਲ ਸਨਿਆਲੇ ਰਾ ਫਿਗੁਰਾਟੋ ਪ੍ਰੈਨੂਨਚਾ ਦਾ ਸਿਗਨਲ ਦਿਖਾਇਆ ਗਿਆ ਹੈ ਦੱਸਦਾ ਹੈ ਦਿਖਾਇਆ ਗਿਆ ਸਿਗਨਲ ਦੱਸਦਾ ਹੈ ਉਨ ਤਰਾ ਤੋਂ ਇੱਕ ਹਿੱਸਾ ਦੀ strada ਸੜਕ ਦਾ નો ਰੈਤਲੀਨੀਓ ਕਿ ਸਿੱਧਾ ਨਹੀਂ ਆ ਕਿ ਲਿਮਿਤਾ ਜੋ ਸੀਮਿਤ ਕਰਦਾ ਹੈ ਲਾ ਵਿਜ਼ਿਬਿਲਿਤਾ ਵਿਊ ਨੂੰ ਦੇਖਣ ਨੂੰ ਜੋ ਦੇਖਣ ਨੂੰ ਸੀਮਿਤ ਕਰਦਾ ਹੈ ਇਲ ਸਿਨਿਆਲੇ ਰਾ ਫਿਗੁਰਾਟੋ ਪੋ ਐਸਤਰੇ ਜੇ ਸਿਗਨਲ ਦਿਖਾਇਆ ਗਿਆ ਹੈ ਪੋ ਐਸਤਰੇ ਉਹ ਇਸਰੇ ਹੋ ਸਕਦਾ ਹੈ ਇਨਟਿਗਰਾ ਤੋਂ ਲੱਗਿਆ ਹੋਵੇ ਕੋਨ ਉਨ ਪਨੈਲੋ ਇੱਕ ਇੱਕ ਪੈਨਲ ਦੇ ਨਾਲ ਇੱਕ ਫੱਟੀ ਦੇ ਨਾਲ ਇੰਦੀ ਕਾਨ ਤੇ ਜੋ ਸਾਨੂੰ ਦੱਸੇ ਇੰਦੀ ਕਾਨ ਤੇ ਕਿ ਜੋ ਸੰਕੇਤ ਕਰੇ ਤੁਰਨਾ ਆਂਦੀ ਤੁਰਨਾ ਆਂਤੀ ਮਤਲਬ ਪਹਿਲਾਂ ਤੁਸੀਂ ਕੱਲ ਪੜ੍ਹੇ ਸੀ ਤੁਰਨਾ ਆਂਤੀ ਹੁਣ ਲੱਗਿਆ ਵਾ ਤੁਰਨਾ ਆਂਤੀ ਤੁਰਨਾ ਆਂਤੀ ਮਤਲਬ ਜਿਆਦਾ ਜਿਆਦਾ ਦੀ ਗੱਲ ਹੁੰਦੀ ਵੀ ਜਿਆਦੇ ਖਤਰਨਾਕ ਮੋੜ ਜਿਆਦੇ ਬਣਦੇ ਨੇ ਇੱਕ ਤੇ ਆ ਦੋ ਸੋ ਇੱਕ ਤੋਂ ਵਧੇਰੇ ਆ ਕਿਲ ਸਨਿਆਲੇ ਰਾ ਫਿਗੁਰਾਟੋ ਰਿਕੇਦੇ ਲੋੜਿਆ ਦੀ ਮੋਦੇਆਰੇ ਦਰਮਿਆਨੀ ਰੱਖੰਦੀ la velocità speed ਨੂੰ pher pat poter si arrestare ki rukna yog hondi in caso kis mamle vich di ustaak lo improvviso ki jadon achanak rukawat hondi la figura rappresenta jehdi tasveer dikhai gayi hai unse neale di pericolo ki ek signal hai ji khatre da ਇਲ ਸਨੇ ਵਾਲੇ ਰਾ ਫਿਗੁਰਾਟੋ ਪ੍ਰੇਨੂਨਕਿਆ ਜਿਹੜਾ ਸਿਗਨਲ ਦਿਖਾਇਆ ਗਿਆ ਵਾ ਦੱਸਦਾ ਹੈ ਦੀ ਨੋਰਮਾ ਆਮ ਤੋਰਤੇ ਆ 150 ਮੀਟਰ ਤੇ ਉਹਨਾਂ ਦੋ ਪਿਆ ਕੂਰਵਾ ਕੇ ਇੱਕ ਡਬਲ ਮੋੜ ਆ ਪੈਰੀਕਲੋਸਾ ਖਤਰੇ ਵਾਲਾ ਸੋ ਜਿਹੜਾ ਸਿਗਨਲ ਦਿਖਾਇਆ ਗਿਆ ਇਹ ਸਾਨੂੰ ਦੱਸਦਾ ਵੀ ਕਿ 150 ਮੀਟਰ ਤੇ ਸਾਨੂੰ ਡਬਲ ਡਬਲ ਮੋੜ ਮਿਲਣਾ ਮੈਂ ਜਿਹੜਾ ਡਬਲ ਮੋੜ ਮਿਲਣਾ ਖਤਰਨਾਕ ਠੀਕ ਹੈ ਜੀ ਅੱਗੇ ਇਨ ਪ੍ਰਸੈਂਸਾ ਦਲਸਨੇ ਵਾਲੇ ਰਾ ਫਿਗੁਰਾਟੋ ਦਿਖਾਏ ਗਏ ਸਿਗਨਲ ਦੀ ਮੌਜੂਦਗੀ ਵਿੱਚ ਬਿਜ਼ੋਨੀਆ ਜ਼ਰੂਰਤ ਆ ਮੋਡੇਰਾਰੇ ਦਰਮਿਆਨੀ ਰੱਖਣਾ ਲਾਵੇ ਲੋਚਿਤਾ ਸਪੀਡ ਨੂੰ ਅੱਗੇ ਹੈਗਾ ਜੀ ਸਿਨੇ ਵਾਲੇ ਦੀ ਡੋਪੀਆ ਕੁਰਵਾ ਪੇਰੀਗਲੋਸਾ ਸਿਗਨਲਿਆ ਜੀ ਡਬਲ ਮੋੜ ਖਤਰਨਾਕ ਦਾ ਲਾਪਰੀਮ ਜਿਹੜਾ ਪਹਿਲਾ ਵਾ ਆਹ ਦਸਤਰਾ ਸੱਜੇ ਨੂੰ ਆ ਇਨਟੇਗਰਾਤੋ ਲੱਗਿਆ ਹੋਇਆ ਵਾ ਕੋਨ ਨਾਲ ਪੈਨਲੋ ਸਤੇਸ ਸਤੇਸ ਆ ਪਤਾ ਕੀ ਹੁੰਦਾ ਦੇਖੋ ਜਿਹੜੀ ਫੋਮ ਇਸ ਤਰ੍ਹਾਂ ਹੁੰਦੀ ਹੈ ਨਾ ਐਦਾਂ ਲੰਮੇ ਤੌਰ ਤੇ ਆਕਾਰ ਤੇ ਉਹਨੂੰ ਸਤੇਸਾ ਕਹਿੰਦੇ ਆ ਸੋ ਇਹ ਨਾਲ ਸੋਚੋਗੇ ਸਤੇਸਾ ਪਤਾ ਨਹੀਂ ਕਿਹੜੀ ਚੀਜ਼ ਹੈ ਜਾਂ ਇਹ ਕਿਹੜੀ ਚੀਜ਼ ਜਿਹੜਾ ਸਿਗਨਲ ਦੇ ਨਾਲ ਰਿਲੇਟਡ ਆ ਕੋਈ ਸਿਗਨਲ ਨਾਲ ਰਿਲੇਟਡ ਨਹੀਂ ਹੈਗਾ ਇਸ ਸਤੇਸਾ ਕਿ ਜਿਹੜੀ ਚੀਜ਼ ਐਦਾਂ ਲੰਮਕਾਰੀ ਫੋਮ ਦੇ ਵਿੱਚ ਹੁੰਦੀ ਇਸ ਤਰ੍ਹਾਂ ਅਲਮੇ ਪਈ ਫਾਰਮ ਦੇ ਵਿੱਚ ਨਾ ਕਿ ਇਸ ਫਾਰਮ ਦੇ ਵਿੱਚ ਇਸ ਫਾਰਮ ਦੇ ਚ ਨੂੰ ਇਸ ਤੈਸਾ ਕਹਿੰਦੇ ਆ ਸੋ ਆ ਜਿਹੜੀ ਆ ਹੁਣ ਏ ਇਜ਼ ਏ ਇਸ ਤਰ੍ਹਾਂ ਆ ਇਹਦੀ ਫਾਰਮ ਇਸ ਤਰ੍ਹਾਂ ਆ ਤਾਂ ਕਰਕੇ ਨੂੰ ਇਸ ਤੈਸਾ ਗਿਆ ਗਿਆ ਵਾ ਜਿਹੜੀ ਵਧੀ ਹੋਈ ਆ ਜਦਾ ਕਹ ਲੋ ਵਧੀ ਹੋਈ ਸੋ ਕਹਿੰਦਾ ਕਿ ਸਨਿਆਲੇ ਆ ਹੈਗਾ ਦੋਪਿਆ ਕੁਰਵਾ ਪੈਰੀਕਲੋਸਾ ਵਾ ਸਿਗਨਲ ਹੈ ਦੋਪਿਆ ਕੁਰਵਾ ਪੈਰੀਕਲੋਸਾ ਦਾ ਲਾ ਪ੍ਰੀਮਾ ਦਾਸ ਦਾ ਜਿਹੜਾ ਪਹਿਲਾ ਸੱਜੇ ਨੂੰ ਆ ਇੰਟੀਗ੍ਰਾ ਤੋਂ ਲੱਗਿਆ ਹੋਇਆ ਵਾ ਕੋਨ ਪਨੈਲੋ ਪਨੈਲੋ ਦੇ ਨਾਲ ਜਿਹੜੀ ਪਨੈਲੋ ਇਸ ਤੈਸਾ ਵਾ ਜਿਹੜੀ ਵਧੀ ਹੋਈ ਆ ਇਸ ਤਰ੍ਹਾਂ ਇਲਸ ਨੇ ਆਲੇ ਰੈ ਫਿਗੂਰਾਤੋ ਜੀ ਆ ਸਿਗਨਲ ਦੇ ਦਿਖਾਇਆ ਗਿਆ ਹੈ ਪੋਏਸਰੇ ਹੋ ਸਕਦਾ ਹੈ ਇੰਟੀਗਰਾਤੋ ਲੱਗਿਆ ਹੋਵੇ ਕੋਨਿਲ ਪਨੈਲੋ ਇਨ ਫਿਗੂਰਾ ਕਿ ਜਿਹੜੀ ਇੰਤਗਰ ਲੱਗਿਆ ਹੋਵੇ ਕੋਨਿਲ ਪਨੈਲੋ ਪਨੈਲੋ ਦੇ ਨਾਲ ਇਨ ਫਿਗੂਰਾ ਜਿਵੇਂ ਕਿ ਪਿਕਚਰ ਦੇ ਵਿੱਚ ਆ ਹਾਂਜੀ ਸੋ ਇਹਦਾ ਮਤਲਬ ਇਹ ਹੋਇਆ ਕੱਲ ਵੀ ਤੁਹਾਨੂੰ ਸਮਝਾਇਆ ਸੀ ਅਗਰ ਤੀਰ ਦੇ ਨਿਸ਼ਾਨ ਬਣੇ ਆ ਇਸ ਤਰ੍ਹਾਂ ਇਹਦਾ ਮਤਲਬ ਕਿ ਆ ਜਿਹੜਾ ਮੋੜ ਹੈ ਨਾ ਆ ਪੂਰਾ ਮੋੜ ਇਹਦੀ ਜਿਹੜੀ ਲੰਬਾਈ ਆ ਇਹਦੀ ਹੈਗੀ ਆ 2.8 ਕਿਲੋਮੀਟਰ ਠੀਕ ਆ ਜੀ ਮਤਲਬ ਕਿ ਦੋ 2.8 ਕਿਲੋਮੀਟਰ ਦੀ ਲੰਬਾਈ ਹੈ ਟੋਟਲ ਠੀਕ ਹੈ ਜੀ ਅੱਗੇ ਜੀ ਸਨਿਆਲੇ ਦੀ ਦੋ ਪਿਆ ਕਰਵਾ ਪੈਰੀਕਲੋਸਾ ਲਾ ਪ੍ਰੀਮਾ ਡੈਸਟਰਾ ਇੰਟੀਗਰਾਟੋ ਲੱਗਿਆ ਹੋਇਆ ਵਾ ਕੋਨ ਪੈਨੈਲੋ ਦਿਸਟਾਂਸਾ ਪੈਨੈਲੋ ਜਿਹੜਾ ਡਿਸਟੈਂਸ ਦਾ ਡਿਸਟੈਂਸ ਦੀ ਪੈਨਲ ਦੇ ਨਾਲ ਲੱਗਿਆ ਹੋਇਆ ਵਾ ਇਲ ਸਨਿਆਲੇ ਕੋਨ ਇਲ ਪਨੈਲੋ ਇਨ ਫਿਗੋਰਾ ਜਸ ਸਿਗਨਲ ਯਾ ਕੋਨ ਨਾਲ ਇਲ ਪਨੈਲੋ ਪਨੈਲੋ ਦੇ ਨਾਲ ਇਨ ਫਿਗੋਰਾ ਕੀ ਪਿਕਚਰ ਦੇ ਵਿੱਚ ਪ੍ਰੇਨੂਨ ਚ ਦੱਸਦਾ ਹੈ ਉੰਤਰਾਤ ਤੋਂ ਇੱਕ ਹਿੱਸਾ ਦੀ ਸੜਕ ਦਾ ਲੰਗੋ ਲੰਮਾਵਾ 3.8 ਕਿਲੋਮੀਟਰ 10.8 ਕਿਲੋਮੀਟਰ ਕੋਨ ਉਹਨਾਂ ਸੀਰੀਏ ਕੀ ਇੱਕ ਲੜੀ ਆ ਦੇ ਕਰਵੇ ਮੋੜਾਂ ਦੀ ਪੈਰੀਕਲੋਸੇ ਖਤਰੇ ਵਾਲੇ ਸੋ ਇਹ ਦੱਸ ਰਿਹਾ ਕਿ ਜਿਹੜਾ ਤਤਲ ਇਨ ਉੰਤਰਾਤ ਤੋਂ ਦੀ ਸੜਕ ਦਾ ਹਿੱਸਾ ਜਿਹੜਾ ਲੰਮਾਵਾ ਔਰ ਇਨ 9.3,8 ਕਿਲੋਮੀਟਰ ਦੀ ਸੜਕ ਦਾ ਹੀ ਸਾਣੀ ਨਾਲ ਲੰਮਾ ਹੈਗਾ ਲੰਮਾ ਕੀ ਆ ਇਹ ਸੜਕ ਦਾ ਹਿੱਸਾ ਨਹੀਂ ਆ ਇਹਦੇ ਵਿੱਚ ਇਸ ਜਦੋਂ ਤੁਹਾਨੂੰ ਇਹ ਚੀਜ਼ ਮਿਲਦੀ ਆ ਇਸ ਚੀਜ਼ ਦਾ ਮਤਲਬ ਹੈ ਕਿ 3.8 ਕਿਲੋਮੀਟਰ ਤੋਂ ਬਾਅਦ ਤੁਹਾਨੂੰ ਮੋੜ ਮਿਲਣਾ ਵਾ ਕਿ ਹਜੇ ਇਹਦੀ ਇਹ ਹੱਡ ਤੋਂ ਇੰਨਾ ਦੂਰ ਆ 3.8 ਕਿਲੋਮੀਟਰ ਦੂਰ ਆ ਸਾਡੇ ਤੋਂ ਆ ਵਾਲਾ ਮੋੜ ਇਹਦਾ ਮਤਲਬ ਇਹ ਆ ਨਾ ਕਿ ਮੋੜ ਦੀ ਲੰਬਾਈ ਇੰਨੀ ਆ ਸੋ ਸੇਰੀਏ ਮਲਕੀ ਹੋ ਗਿਆ ਲੜੀ ਦੀ ਕੁਰਵੇ ਮੋੜਾਂ ਦੀ ਪੈਰੀਕਲੋਸੇ ਖਤਰੇ ਵਾਲੇ ਠੀਕ ਹੈ ਜੀ ਅੱਗੇ ਪਹਿਲਾਂ ਕੀਤਾ ਸੀ ਹਾਂਜੀ ਅੱਗੇ ਕੰਪੋਰਟਮੈਂਟੀ ਆ ਗਿਆ ਬਿਹੇਵੀਅਰ ਦਾ ਤਨਿਹੇ ਰੱਖਣ ਦਾ ਇਨ ਪ੍ਰੈਸੈਂਸਾ ਮੌਜੂਦਗੀ ਵਿੱਚ ਦਲ ਸਨਿਆਲੇ ਸਿਗਨਲ ਦੇ ਦੀ ਦੀ ਦੋਪਿਆ ਕੁਰਵਾ ਪੈਰੀਕਲੋਸਾ ਡਬਲ ਖਤਰਨਾਕ ਮੋੜ ਦਾ ਲਾਪਰੀਮਾ ਆਡਾਸਟਰਾ ਪਹਿਲਾ ਸਜੇ ਸੂਸਤਰਾ ਦਾ ਸੜਕ ਤੇ ਆ ਦੂਏ 16 ਕੋਰਸੀਏ ਕਿ ਦੋ ਸਿਰਫ ਦੋ ਕੋਰਸੀਏ ਨੇ ਏ ਅਤੇ ਆ ਦੋ ਪੀਓ ਸੈਂਸਾ ਜਿ ਕਲਾਸੋ ਨੇ ਅਤੇ ਦੋਵੇਂ ਪਾਸਾਂ ਦੀ ਆਵਾ ਦੋਵੇਂ ਪਾਸੇ ਦੀ ਆਵਾਜਾਈ ਆ ਇਨ ਪ੍ਰੈਸੈਂਸਾ ਮੌਜੂਦਗੀ ਵਿੱਚ ਦਲਸਨ ਨਿਹਾਲੇ ਸਿਗਨਲ ਦੇ ਰੈਫਿਗੁਰਾਟੋ ਰੈਫਿਗੁਰਾਟੋ ਦਸਿਆ ਗਿਆ ਹੈ ਸੀ ਦੇਵੇ ਮਰਚਾਰੇ ਕਿ ਚੱਲਣਾ ਪਏਗਾ ਇਲ ਪਿਉ ਪੋਸੀਬਲ ਜਿੰਨਾ ਸੰਭਵ ਹੋ ਸਕੇ ਵਿਚੀਨੋ ਨੇੜੇ ਨਜ਼ਦੀਕ ਲਾਗੇ ਅਲ ਮਾਰਜਿਨੇ ਮਾਰਜਿਨੇ ਕਿਨਾਰੇ ਅਦੈਸਤਰੋ ਸੱਜੇ ਕਿਨਾਰੇ ਵਾਲਾ ਸੋ ਸਿੱਧੇ ਵੇ ਮਰਚਾਰੇ ਕਿ ਚੱਲਣਾ ਪਏਗਾ ਇਲ ਪਿਉ ਪੋਸੀਬਲ ਜਿੰਨਾ ਸੰਭਵ ਹੋ ਸਕੇ ਵਿਚੀਨ ਵਲ ਮਾਰਜਿਨੇ ਦੈਸਤਰੋ ਕੇ ਸੱਜੇ ਕਿਨਾਰੇ ਵਾਲਾ ਇਨ ਪ੍ਰੈਸੈਂਸਾ ਦਲ ਸੇਨੇ ਵਾਲੇ ਰਫਿਗੁਰਾਤੋ ਦਿਖਾਏਗਾ ਸਿਗਨਲ ਦੀ ਮੌਜੂਦਗੀ ਵਿੱਚ ਐਨ ਐਚ ਐਸ ਆ ਰਹੀ ਹੈ ਜ਼ਰੂਰੀ ਆ ਰੈਗੂਲਾਰੀ ਰੈਗੂਲੇਟ ਕਰਨਾ ਲਾ ਵੇਲੋਚਿਤਾ ਸਪੀਡ ਨੂੰ ਇਨ ਰਿਲੇਸ਼ਨੇ ਅ ਲਾ ਵਿਜ਼ਿਬਿਲਿਤਾ ਦੇਖ ਦੇਸਬੰਧ ਵਿੱਚ ਇਹ ਰਾਜੋ ਦੈਲੇ ਕੁਰਵੇ ਰਾਜੋ ਦੈਲੇ ਕੁਰਵੇ ਕੀ ਮੋੜਾਂ ਦੀ ਗੁਲਾਈ ਤੇ ਆ ਇੱਕ ਗੁਲਾਈ ਤੇ ਆ ਦੂਜੀ ਗੁਲਾਈ ਸੋ ਜੋ ਅਸੀਂ ਪਹਿਲਾਂ ਪੜਿਆ ਸੀ ਉਹਦੇ ਚ ਕਿ ਕੂਰਾ ਪੇਰੀਕਲੋਸਾ ਆ ਸਿਨਿਸਟਰਾ ਸੇਮ ਚੀਜ਼ਾਂ ਉਹੀ ਹੋਣੀਆਂ ਪਈਆਂ ਵਾ ਬਸ ਫਰਕ ਇਹ ਇੱਥੇ ਡਬਲ ਮੋੜ ਆ ਸੋ ਤਾਂ ਹੀ ਮੈਂ ਤੁਹਾਨੂੰ ਕਹਿੰਦਾ ਕਿ ਬੜਾ ਹੀ ਜ਼ੀਆ in presenza موجودگی ਵਿੱਚ ਦਲ ਸਨਿਆਲ ਰੈਫਿਗੁਰਾਟੋ ਦਿਖਾਈਗਾ ਸਿੰਗਲ ਦੀ ਮੌਜੂਦਗੀ ਵਿੱਚ ਐਨ ਐਚ ਐਸ ਸਾਰੀਓ ਜ਼ਰੂਰੀ ਆ ਪਰ ਕੋਰ ਰੇ ਚਲਣਾ ਲੇਕੂਰਵੇ ਕੋਨ ਪਿਊ ਅਟੈਂਸਿਓਨੇ ਇਨ ਕਾਸੋ ਦੀ ਪਿਓਜਾ ਸੋ ਕਹਿੰਦਾ ਕਿ ਨੇਚਸਾਰੀਓ ਜ਼ਰੂਰੀ ਆ ਪਰ ਕੋਰ ਰੇ ਚਲਣਾ ਲੇਕੂਰਵੇ ਮੋੜਾਂ ਤੇ ਗੋਨ ਪਿਊ ਅਟੈਂਸਿਓਨੇ ਜਿਆਦਾ ਧਿਆਨ ਨਾਲ ਇਨ ਕਾਸੋ ਦੀ ਪਿਓਜਾ ਮੀ ਦੇ ਮਾਮਲੇ ਸੋ ਜਦੋਂ ਮੀਂਹ ਪੈਂਦਾ ਵਾ ਉਦੋਂ ਜਿਹੜਾ ਤੁਹਾਨੂੰ ਚੱਲ ਬਹੁਤ ਧਿਆਨ ਨਾਲ ਚੱਲਣਾ ਵਾ ਠੀਕ ਹੈ ਜੀ ਮੋੜਾਂ ਤੇ ਇਨ ਪ੍ਰੈਸੈਂਸ ਆ ਦਲਸਨੇ ਵਾਲੇ ਦਾ ਫਿਗੁਰਾ ਤੋਂ ਦਿਖਾਈ ਗਏ ਸਿੰਗਲ ਦੀ ਮੌਜੂਦਗੀ ਵਿੱਚ ਐ ਨੇਚਸਾਰੀਓ ਜ਼ਰੂਰੀ ਆ ਰੈਗੂਲਾਰੇ ਰੈਗੂਲੇਟ ਕਰਨਾ ਲਾ ਵੈਲੋਸਿਟੀ ਸਪੀਡ ਨੂੰ ਇਨ ਰਿਲੇਸ਼ਨੇ ਅਲੇ ਕੰਡੀਸ਼ਨੇ ਦਲ ਦੀ ਕਾਰੀ ਕੋ ਦਲ ਵੀ ਕੋ ਸੋ ਕਹਿੰਦਾ ਕਿ ਨੇਚਸਾਰੀਓ ਆ ਜ਼ਰੂਰੀ ਆ ਰੈਗੂਲਾਰੇ ਰੈਗੂਲੇਟ ਕਰਨਾ ਲਾ ਵੈਲੋਸਿਟੀ ਸਪੀਡ ਨੂੰ ਇਨ ਰਿਲੇਸ਼ਨੇ ਆਲ ਦੇ ਕੰਡੀਸ਼ਨ ਹੈ ਡ ਕਾਰੀਕੋ ਦਲ ਵਿਕਲੋ ਕਿ ਜਿਹੜਾ ਤੁਸੀਂ ਗੱਡੀ ਤੇ ਸਮਾਨ ਲੋਡ ਕੀਤਾ ਵਾ ਠੀਕ ਹੈ ਜੀ ਜਿਹੜਾ ਗੱਡੀ ਤੇ ਸਮਾਨ ਲੋਡ ਕੀਤਾ ਵਾ ਉਹਨਾਂ ਦੇ ਉਸ ਉਸ ਸਮਾਨ ਦੇ ਹਾਲਾਤ ਦੇ ਸਬੰਧ ਵਿੱਚ ਸੋ ਜਿਹੜੀ ਕੰਡੀਸ਼ਨ ਆ ਜਿਹੜੇ ਹਾਲਾਤ ਆ ਕਿ ਜਿਹੜਾ ਤੁਸੀਂ ਗੱਡੀ ਦੇ ਵਿੱਚ ਸਮਾਨ ਲੋਡ ਕੀਤਾ ਵਾ ਉਸ ਸਬੰਧ ਵਿੱਚ ਉਸ ਸਬੰਧ ਦੇ ਵਿੱਚ ਉਹਦੇ ਨਾਲ ਰਿਲੇਟਡ ਮਤਲਬ ਉਸ ਸਬੰਧ ਦੇ ਵਿੱਚ ਮਤਲਬ ਕਿ ਉਸ ਨਾਲ ਰਿਲੇਟਡ ਤੁਹਾਨੂੰ ਜ਼ਰੂਰੀ ਹੈ ਕਿ ਸਪੀਡ ਨੂੰ ਆਪਣੀ ਨੂੰ ਐਡਜਸਟ ਕਰਨਾ ਕਿਉਂਕਿ ਮੰਨ ਲਓ ਤੁਸੀਂ ਆਪਣੀ ਗੱਡੀ ਦੇ ਸਮਾਨ ਕਾਫੀ ਲੋਡ ਕੀਤਾ ਹੋਆ ਉੱਪਰ ਵੀ ਆਪਣੇ ਸਮਾਨ ਰੱਖਿਆ ਹੋਆ ਤਾਂ ਤੁਸੀਂ ਮੋੜ ਤੇ ਤੇਜ਼ ਗੱਡੀ ਦਾ ਮੋੜ ਕੱਟੋਗੇ ਤੇ ਗੱਡੀ ਤੁਹਾਨੂੰ ਝੋਕਾ ਜਾਣੀ ਮਾਰੂਗੀ ਤੇ ਹੋ ਸਕਦਾ ਵਾ ਗੱਡੀ ਉਲਟ ਵੀ ਸਕਦੀ ਹੈ ਸੋ ਬਹੁਤ ਕੁਝ ਹੋ ਸਕਦਾ ਸੋ ਇਹ ਚੀਜ਼ ਇੱਥੇ ਸਮਝਾਈ ਗਈ ਹੈ ਨੈਲਿਕੁਰਵੇ ਪੈਰੀਕਲੋਸੇ ਨੈਲਿਕੁਰਵੇ ਪੈਰੀਕਲੋਸੇ ਕਿ ਜਿਹੜੇ ਮੋੜ ਆ ਖਤਰਨਾਕ ਉਹਨਾਂ ਵਿੱਚ prenunciate ke dasa gaya hai dal se nehale ra figurato ke dasignal dikhaya gaya hai e veta to mana hi a il sorpasso overtake karan di se agar la kare jata jehda kare jata va e a due corsie utte due corsie a e ate a doppio senso di circolazione te dohe passe di aawaz aayega so agge a gaya ji sustrada a due corsie e a doppio senso di circolazione ne ਸੜਕ ਤੇ ਜਿੱਥੇ ਦੋ ਕੋਰਸੀ ਐ ਤੇ ਦੋ ਪੈਸੈਂਸਾ ਸਰਕਲਾਸੇ ਹੋਣੇ ਆ ਇਨ ਪ੍ਰੈਸੈਂਸਾ ਦਲਸੇਨੇਅਲੇ ਰੈਫਿਗੁਰਾਟੋ ਦਿਖਾਏਗਾ ਸਿਗਨਲ ਦੀ ਮੌਜੂਦਗੀ ਵਿੱਚ ਐ ਓਪਰਤੂਨੋ ਓਪਰਤੂਨੋ ਦਾ ਮਤਲਬ ਵੀ ਜ਼ਰੂਰੀ ਆ ਜ ਲੋੜ ਆ ਜ ਜ਼ਰੂਰਤ ਆ ਇਹੀ ਮਤਲਬ ਬੰਦਾ ਵਾ ਫਾਰੇ ਪ੍ਰਤੀਕੋਲਾਰੇ ਅਟੈਂਸਿਓਨੇ ਕਿ ਲੋੜ ਐ ਜੀ ਕਰਨ ਦੀ ਫਾਰੇ ਪਰਟੀਕੁਲਾਰੇ ਅਟੈਂਸਿਓਨੇ ਕਿ ਲੋੜ ਐ ਜੀ ਖਾਸ ਧਿਆਨ ਕਰਨ ਦੀ ਆਈ ਵੀ ਕੋਲੀ ਗੱਡੀਆਂ ਤੋਂ ਪ੍ਰੋਵਿਨਿਐਂਟੀ ਜੋ ਆ ਰਹੀਆਂ ਨੇ ਦਲਸੈਂਸੋ ਅਪੋਸਟ ਉਲਟ ਦਿਸ਼ਾ ਤੋਂ ਮਤਲਬ ਕਿ ਕਹਿੰਦੇ ਆ ਕਿ ਜਦੋਂ ਤੁਸੀਂ ਜਦੋਂ ਤੁਸੀਂ ਜਿੱਤੇ ਤੁਹਾਨੂੰ ਦੋ ਕੋਰਸ ਹੀ ਮਿਲਦੇ ਆ ਦੋ ਕੋਰਸੀਏ ਸਿਰਫ ਦੋ ਕੋਰਸ ਸੜਕ ਦੇ ਵਿੱਚ ਦੇ ਦੋ ਪੀ ਸੈਂਸਰ ਦੀ ਸਰਕੂਲੇਸ਼ਨ ਨੇ ਆਵਾਜ਼ ਆਈ ਜਾਂ ਦੋਵੇਂ ਪਾਸੇ ਦੀ ਇਧਰੋਂ ਜਾ ਰਹੀਆਂ ਨੇ ਇਧਰੋਂ ਆ ਰਹੀਆਂ ਨੇ ਸੋ ਤੁਹਾਨੂੰ ਜਦੋਂ ਤੁਸੀਂ ਚੱਲਦੇ ਹੋ ਤੁਹਾਨੂੰ ਬਹੁਤ ਧਿਆਨ ਕਰਨ ਦੀ ਲੋੜ ਆ ਉਹਨਾਂ ਗੱਡੀਆਂ ਤੋਂ ਜੋ ਕਿ ਤੁਹਾਡੀ ਉਲਟ ਦਿਸ਼ਾ ਤੋਂ ਆ ਰਹੀਆਂ ਤੁਹਾਡੇ ਸਾਹਮਣੋਂ ਆ ਰਹੀਆਂ ਵਾ ਕਿਉਂਕਿ ਤੁਸੀਂ ਇੱਥੋਂ ਚੱਲਦੇ ਪਏ ਹੋ ਆ ਮੋੜ ਆ ਹੁਣ ਇਧਰੋਂ ਗੱਡੀ ਆ ਰਹੀ ਆ ਤੁਹਾਨੂੰ ਨਹੀਂ ਪਤਾ ਕਿ ਜਿਵੇਂ ਕਿ ਤੁਸੀਂ ਬੜੇ ਦਰਮਿਆਨ ਨਹੀਂ ਵਧੀਆ ਸਹੀ ਸਪੀਡ ਨਾਲ ਚੱਲਦੇ ਤੁਹਾਨੂੰ ਕਿਤਾ ਉਹ ਵੀ ਉਦਾਂ ਹੀ ਚੱਲਦੀ ਪਈ ਆ ਹੋ ਸਕਦਾ ਕਿ ਸਾਨੂੰ ਹੁੰਦਾ ਕਿ ਅਬ ਮਾਰਜਿਨ ਦੇ ਦਸਤਾਰ ਵਾਰ ਰਹਿਣਾ ਵਾ ਪਰ ਉਹ ਉੱਤਰ ਨਾਰਵੇ ਉਹ ਇਕਦਮ ਐਦਾ ਸਪੀਡ ਘਟੇ ਸੋ ਤੁਹਾਨੂੰ ਬਹੁਤ ਧਿਆਨ ਕਰਨ ਦੀ ਲੋੜ ਹੈ ਜਿਹੜੇ ਗੱਡੀਆਂ ਤੁਹਾਡੇ ਤੋਂ ਤੁਹਾਡੇ ਸਾਹਮਣੋਂ ਤੋਂ ਵੀ ਆ ਰਹੀਆਂ ਵਾ ਸੋ ਸੈਂਸੋ ਪੋਸਟ ਤੋਂ ਕਿ ਤੁਹਾਡੇ ਤੋਂ ਉਲਟ ਦਿਸ਼ਾ ਤੋਂ ਕਹਿਣ ਦਾ ਭਾਵ ਤੁਹਾਡੇ ਸਾਹਮਣੋਂ ਅੱਗੇ ਜੀ ਸੋ ਪਹਿਲਾਂ ਕੀਤਾ ਸੀ ਦਸਤਰਾ ਤੋਂ ਆ ਗਿਆ ਸਨਿਸਤਰਾ ਸਨੇ ਹਾਲੇ ਦੀ ਦੋ ਪਿਆ ਕਰਵਾ ਪੈਰੀਕਲੋਸਾ ਲਾ ਪ੍ਰੀਮਾ ਆ ਸਨਿਸਤਰਾ ਜਿਹੜਾ ਪਹਿਲਾ ਵਕ ਖੱਬੇ ਨੂੰ ਆ Il segnale raffigurato prenuncia doppia curva pericolosa, la prima a sinistra. Il segnale del segnale raffigurato di caglia prenuncia da una doppia e double curva more pericolosa, che trevala la prima, pella a sinistra, pella a Allo, khabbenu, te itdara, Il segnale raffigurato prenuncia un tratto, e che hissa, ਦੀ strada ਸੜਕ ਦਾ non rettilineo ਸਿੱਧਾ ਨਹੀਂ ਆ ਕਿ limita ਜੋ ਸੀਮਿਤ ਕਰਦਾ ਹੈ la visibilità ਦੇਖ ਨੂੰ il sennale raffigurato preannuncia la presenza موجودگی ਆ di turnanti ਕਿ ਜਿਹੜੇ ਦੋ ਜਿਹੜੇ ਖਤਰਨਾਕ ਮੋੜਾਂ ਦੀ ਦੋ ਦੀ ਦੋ ਨਹੀਂ ਕਹਿ ਰਿਹਾ ਤੁਰਨਾਂਤੀ ਕਿ ਆ ਖਤਰਨਾਕ ਮੋੜਾਂ ਦੀ se integr se integrato ਅਗਰ ਲੱਗੀ ਆ con apposito pannello ਇੱਕ ਵਿਸ਼ੇਸ਼ ਪੈਨਲ ਦੇ ਨਾਲ ਲਾ ਫਿਗੂਰਾ ਰੈਪ੍ਰੈਜ਼ੈਂਟਾ ਜਿਹੜੀ ਤਸਵੀਰ ਦਿਖਾਈ ਗਈ ਆ ਉਹਨ ਸੇ ਨਿਆਲ ਇੱਕ ਸਿਗਨਲ ਆ ਦੀ ਪੇਰੀ ਕੋਲ ਖਤਰੇ ਦਾ ਓਕੇ ਜੀ ਇਲ ਸੇ ਨਿਆਲ ਇਹ ਫਿਗੂਰਾ ਆ ਤੋ ਦਿਖਾਇਆ ਗਿਆ ਸਿਗਨਲ ਸਿਗਨਲ ਦਿਖਾਇਆ ਗਿਆ ਸਿਗਨਲ ਪਰ ਨੂੰ ਚਾ ਦੱਸਦਾ ਹੈ ਦੀ ਇੰਜੀਨਰੇ ਆਮ ਤੌਰ ਤੇ ਆ ਚੰਤ ਚਿਕਵਾਂਤਾ ਮੈਂਤਰੀ 150 ਮੀਟਰ ਤੇ ਉਹਨਾਂ ਦੋ ਪਿਆ ਕੂਰਵਾ ਇੱਕ ਡਬਲ ਮੋਡ ਪੇਰੀ ਕੋਲੋਸਾ ਖਤਰੇ ਵਾਲਾ ਹੈ ਸੋ ਕਹਿੰਦਾ ਕਿ ਜਦੋਂ ਆ ਸਿਗਨਲ ਦਿਖਾਇਆ ਗਿਆ ਵਾ ਸੋ ਇਸ ਸਿਗਨਲ ਦਾ ਮਤਲਬ ਹੈ ਕਿ 150 ਮੀਟਰ ਤੇ ਇੱਕ ਡਬਲ ਮੋੜ ਹੈ ਖਤਰਨਾਕ ਇਲ ਸਨੇ ਹਾਲੇ ਰਾਫਿਗੁਰਾਟੋ ਜਦ ਆ ਸਿਗਨਲ ਦਿਖਾਇਆ ਰਿਕੇ ਲੋਡ ਯਾ ਦੀ ਮੋਡੇਰੇਰੇ ਦਰਮਿਆਨੀ ਰੱਖੰਦੀ ਲਾ ਵਿਲੋਚਿਤਾ ਸਪੀਡ ਨੂੰ ਠੀਕ ਹੈ ਜੀ ਸੋ ਜਿਹੜਾ ਸਿਗਨਲ ਰਾਫਿਗੁਰਾਟ ਦਿਖਾਇਆ ਗਿਆ ਵਾ ਲੋਡ ਯਾ ਜੀ ਸਾਨੂੰ ਸਪੀਡ ਨੂੰ ਦਰਮਿਆਨੀ ਰੱਖਣ ਦੀ ਅੱਗੇ ਕੰਪੋਰਟਮੈਂਟੀ ਬਿਹੇਵੀਅਰ ਦਾ ਤਨੇਰ ਵਿਵਹਾਰ ਜਿਹੜਾ ਰੱਖਣਾ ਵਾ ਇਨ ਪ੍ਰੈਸੈਂਸ ਆ ਦਲ ਸੰਿਆਲੇ ਸਿਗਨਲ ਦੀ ਮੌਜੂਦਗੀ ਵਿੱਚ ਦੀ ਦੋਪਿਆ ਕੁਰਵਾ ਪੈਰੀਕਲੋਸਾ ਡਬਲ ਮੋੜ ਖਤਰਨਾਕ ਲਾਪਰੀਮਾ ਅਸਨਿਸਤਰਾ ਪਹਿਲਾ ਖੱਬੇ ਨੂੰ ਸੋ ਇਨ ਪ੍ਰੈਸੈਂਸ ਆ ਦਲ ਸੰਿਆਲੇ ਰਾਫੀ ਗੁਰਾ ਤੋਂ ਦਿਖਾਈ ਗਿਆ ਸਿਗਨਲ ਦੀ ਮੌਜੂਦਗੀ ਵਿੱਚ ਸੀ ਦੇ ਵਿੱਚ ਚਿਰਕੁਲਾਰੇ ਚੱਲਣਾ ਪਏਗਾ ਇਲ ਪਿਊ ਵਿਚੀਨੋ ਪੋਸੀਬਲੇ ਇਲ ਪਿਊ ਵਿਚੀਨੋ ਪੋਸੀਬਲ ਜਿੰਨਾ ਨੇੜੇ ਹੋ ਸਕੇ ਜਿੰਨਾ ਸੰਭਵ ਹੋ ਸਕੇ ਉਹਨਾਂ ਨੇੜੇ ਜਦਾ ਜਿੱਦਾਂ ਮਰਜ਼ੀ ਸਮਝ ਲੋ ਅਲਮਾਰਜੀਨੇ ਦੈਸਟਰੋ ਸੱਜੇ ਕਿਨਾਰੇ ਵੱਲ ਦਲਾ ਕਰੇ ਜਾਤਾ ਕਰੇ ਜਾਤਾ ਦੇ ਸੜਕ ਦੇ ਸੂਸਤਰਾ ਦਾ ਆ ਦੂਏ ਸੋਲੇ ਕੋਰਸੀਏ ਸੜਕ ਤੇ ਜਿੱਥੇ ਸਿਰਫ ਦੋ ਕੋਰਸੀਏ ਨੇ ਇਹ ਅਤੇ ਆ ਦੋ ਪਿਓ ਸੈਂਸੋ ਦੀ ਸਰਕੂਲੇਸਿਓ ਨੇ ਅਤੇ ਦੋਵੇਂ ਪਾਸੇ ਦੀ ਆਵਾਜਾਈ in presenza del sennale raffigurato è necessario dikai segnale di मौजूदगी ਵਿੱਚ ਜ਼ਰੂਰੀ ਆ necessario जरुरी ਆ रेगुलर रेगुलेट ਕਰਨਾ ला वेलੋਚਿਤਾ ਸਪੀਡ ਨੂੰ in relazione alla visibilità e raggio delle curve so dekhde sambandh vich e ate il raggio golai delle curve modani golai te ਠੀਕ ਹੈ ਜੀ ਮੋੜਾਂ ਦੀ ਗੁਲਾਈ ਤੇ ਅੱਗੇ ਆ ਗਿਆ ਜੀ in presenza da selse ne alle raffigurato dei caiga segnale di मौजूदगी ਵਿੱਚ ਐਨ ਐਚ ਐਸ ਆਰ ਯੋ ਜ਼ਰੂਰੀ ਆ ਫਿਰ ਘੁਰੇ ਚੱਲਣਾ ਲੈ ਕੁਰਵੇ ਮੋੜਾਂ ਤੇ ਕੋਨ ਪਿਓ ਅਟੈਂਸਿਓਨੇ ਜ਼ਿਆਦਾ ਧਿਆਨ ਨਾਲ ਇਨਕਾਸੋ ਦੀ ਪਿਓ ਚਾ ਮੀ ਦੇ ਮਾਮਲੇ ਵਿੱਚ ਸੋ ਅਕੇ ਆ ਗਿਆ ਜੀ ਇਨ ਪ੍ਰੈਸੈਂਸ ਆ ਦਰਸ਼ਨੇ ਵਾਲੇ ਰਾਫੀ ਗੁਰਾ ਤੋਂ ਦਿਖਾਇਗਾ ਸਿੰਗਲ ਦੀ ਮੌਜੂਦਗੀ ਵਿੱਚ ਐਨ ਐਚ ਸਾਰੇ ਜ਼ਰੂਰੀਆ ਰੈਗੂਲਰ ਰੈਗੂਲੇਟ ਕਰਨਾ ਲਾ ਵੇਲੋਚਿਤਾ ਸਪੀਡ ਨੂੰ ਇਨ ਰਿਲੇਸ਼ਨੇ ਅਲੇ ਕੰਡੀਸ਼ਨੇ ਦਲ ਕਾ ਦੇ ਕਾਰੀਕੋ ਦਲਵੀ ਕੋ ਸੋ ਜਿਹੜਾ ਗੱਡੀ ਤੇ ਸਮਾਨ ਲੋਡ ਕੀਤਾ ਵਾ ਬੀਕਲ ਦਲਵੀ ਕੋ ਮਲ ਕੀ ਗੱਡੀ ਤੇ ਜਿਹੜਾ ਸਮਾਨ ਲੋਡ ਕੀਤਾ ਵਾ ਉਹਦੇ ਸੰਬੰਧ ਵਿੱਚ ਤੁਹਾਨੂੰ ਸਪੀਡ ਨੂੰ ਜ਼ਰੂਰੀ ਆ ਕਿ ਤੁਸੀਂ ਰੈਗੂਲੇਟ ਕਰੋ ਇਨ ਪ੍ਰਸੈਂਸਾ ਦਲਸਨੇਆਲੇ ਰਾਫਿਗੁਰਾਟੋ ਦਿਖਾਇਗੇ ਸੀਨ ਅਦੀ ਮੌਜੂਦਗੀ ਵਿੱਚ ਨੋਨ ਐ ਕੋਂਸੈਂਤੀਟੋ ਇਜਾਜਤ ਨਹੀਂ ਹੈ ਐਫੇਤੂਆਰੇ ਐਫੇਤੂਆਰੇ ਦਾ ਮਤਲਬ ਹੋ ਗਿਆ ਜੀ ਕਰਨਾ ਐਫੇਤੂਆਰੇ ਕਰਨ ਦੀ ਮਨੋਵਰੇ ਚਾਲ ਦੀ ਸਰਪਾਸੋ ਸੋ ਜਿਹੜਾ ਤੁਸੀਂ ਓਵਰਟੇਕ ਨਹੀਂ ਕਰਨਾ ਸੂਸਤਰਾਦੇ ਸੜਕ ਤੇ ਆ ਦੂਏ ਸੋਲੇ ਕੋਰਸੀਏ ਜਿੱਥੇ ਦੋ ਕੋਰਸੀਏ ਨੇ ਸਿਰਫ ਏ ਅਤੇ ਦੋਪੀਓ ਸੈਂਸੋ ਦੀ ਸਰਕੂਲੇਜ਼ਿਓਨੇ ਕੇ ਦੋਵੇਂ ਪਾਸੇ ਦੀ ਆਵਾਜਾਈ ਹੈ ਇਨ ਪ੍ਰੈਜ਼ੈਂਸ ਆ ਦਲ ਸਨੇ ਵਾਲੇ ਰਫੀ ਦੁਰਾਤੋ ਦਿਖਾਏ ਗਏ ਸਿਗਨਲ ਦੀ ਮੌਜੂਦਗੀ ਵਿੱਚ ਐ ਓਪਰਤੂਨੋ ਫਾਰੇ ਪਰਤੀ ਕੋ ਲਾ ਰਿਆ ਟੈਂਸੀਓਨੇ ਕਿ ਲੋੜ ਆ ਜੀ ਕਰਨ ਦੀ ਫਾਰੇ ਮਲੋ ਕਰਨਾ ਪਰਤੀ ਕੋ ਲਾ ਰੇ ਖਾਸ ਅਟੈਂਸੀਓਨੇ ਧਿਆਨ ਸੋ ਖਾਸ ਧਿਆਨ ਕਰਨ ਦੀ ਲੋੜ ਆ ਆਈ ਵੀ ਕੋਲੀ ਉਹਨਾਂ ਵਾਹਨਾ ਤੋਂ ਪ੍ਰੋਵੀਨਿਐਂਟੀ ਜੋ ਆ ਰਹੇ ਨੇ ਦਲ ਸੈਂਸੋ ਅਪੋਸਟੋ ਉਲਟ ਦਿਸ਼ਾ ਤੋਂ ਸੋ ਜੋ ਸਾਡੇ ਸਾਹਮਣੋਂ ਸਾਹਮਣੇ ਤੋਂ ਆ ਰਹੇ ਨੇ ਜਿਹੜੇ ਵਾਹਨ ਜਿਹੜੇ ਵਾਹਿਕਲਸ ਉਹਨਾਂ ਤੋਂ ਖਾਸ ਧਿਆਨ ਕਰਨ ਦੀ ਲੋੜ ਆ। ਅੱਗੇ ਜੀ ਸੋ ਅੱਗੇ ਆਗੇ ਸਿਨਿਆਲੇ ਸਿਨਿਆਲੇ ਸਿਗਨਲ ਦੀਪਸਾਜਵਾਲੇ ਵੈਲੋ ਪਸਾਜਵਾਲੇ ਵੈਲੋ ਤੁਹਾਨੂੰ ਸਮਝਾਇਆ ਸੀ ਪਹਿਲੇ ਚੈਪਟਰ ਦੇ ਵਿੱਚ ਸੋ ਤਾਂ ਹੀ ਮੈਂ ਤੁਹਾਨੂੰ ਪਹਿਲਾ ਚੈਪਟਰ ਕਰਾਇਆ ਸੀ ਕਿਉਂਕਿ ਤੁਹਾਨੂੰ ਕੋਈ ਡਾਊਟ ਨਾ ਰਵੇ ਕਿਉਂਕਿ ਸਭ ਉਹਦੇ ਚੋ ਹੀ ਆ ਜਾਂਦਾ ਵਾ। ਪਸਾਜੋ ਵਾਲੇ ਲੈਵੈਲੋ ਫਾਟਕਾ ਕੌਣ ਬਰੀਏਰੇ ਬਰੀਏਰੇ ਦੇ ਨਾਲ ਉਹ ਸੈਮੀ ਬਰੀਏਰੇ ਜਾਂ ਸੈਮੀ ਬਰੀਏਰੇ ਦੇ ਨਾਲ ਸੋ ਸਿਗਨਲ ਹੈ ਜੀ ਪਸਾਜੋ ਵਾਲੇ ਲੈਵੈਲੋ ਦਾ ਕੌਣ ਬਰੀਏਰੀ ਜਿੱਥੇ ਬੈਰੀਅਰ ਲੱਗੇ ਹੁੰਦੇ ਜਾਂ ਸੈਮੀ ਬਰੀਏਰੇ ਜਿੱਥੇ ਅੱਧੇ ਬੈਰੀਅਰ ਲੱਗੇ ਹੁੰਦੇ ਸੋ ਤਸਵੀਰ ਨਾਲ ਇੱਕ ਵਾਰੀ ਫੇਰ ਸਮਝਾਉਣਾ ਵਾ ਇਲ ਸੇਨੇ ਵਾਲੇ ਰਾਫਿਗੁਰਾਟੋ ਰੈਨੁੰਨਜ਼ਾ ਦਿਖਾਏਗਾ ਸਿਗਨਲ ਦੱਸਦਾ ਹੈ ਕੌਣ ਪਸਾਜੋ ਆ ਲਿਵੈਲੋ ਇੱਕ ਫਾਟਕਿਆ ਕੌਣ ਬਰੀਏਰੀ ਬੈਰੀਅਰ ਦੇ ਨਾਲ ਉਹ ਜਾਂ ਕੌਣ ਸੈਮੀ ਬਰੀਏਰੀ Adde barriere di nala. Dopo il segnale raffigurato di caige segnalto bad se ci sono le semi barriere, agar semi barriere ne è installato la ghia hoia e la ghia ho ega un ec dispositivo e ghianter a luci rosse lampeggianti. Kenda chi. ਇਹ ਜਿਹੜਾ ਸਿਗਨਲ ਤੋਂ ਬਾਅਦ ਇਹ ਸਿਗਨਲ ਤੋਂ ਬਾਅਦ ਅਗਰ ਸੈਮੀ ਬੈਰੀਅਰੇ ਤੁਹਾਨੂੰ ਮਿਲਦੇ ਆ ਅੱਧੇ ਬੈਰੀਅਰ ਮਿਲਦੇ ਆ ਐਸ ਤਲਾਤ ਹੋਗੀ ਲੱਗਿਆ ਹੋਵੇਗਾ ਉਹਨ ਡਿਸਪੋਜੀਟਿਵ ਉਹ ਡਿਸਪੋਜੀਟਿਵ ਮਲੇ ਕੇ ਯੰਤਰ ਇੱਕ ਚੀਜ਼ ਇੱਕ ਯੰਤਰ ਲੱਗਿਆ ਹੋਊਗਾ ਆਲੂ ਚੀ ਜੋ ਸੇ ਲੰਪੇ ਜਾਂਦੀ ਕਿ ਇੱਕ ਲਾਈਟ ਲਾਲ ਲਾਈਟਾਂ ਦਾ ਜੋ ਕਿ ਜਗਦੀਆਂ ਬੁੱਝਦੀਆਂ ਆ il se ne hale ra figurato pre nuncia dikhaega singlar das dae un attraversamento ik crossing ya attraversamento to matlab ki paar karna paar karna matlab ki cross karna ik crossing ya feroviah a riyo feroviah a riyo ki train ik train crossing ya theek hai ji railway crossing ya protetto jo surakshit kiti gayi ya da barrier barrier dwara o semi barrier ya adhe barrier dwara qualunque giovi sia ਇਲ ਨੁਮੇਰੋ ਡਿਬਿਨਾਰੀ ਕਿ ਜੋ ਵੀ ਜਿਹੜੀ ਸੰਖਿਆ ਹੋਵੇ ਪਟਰੀਆਂ ਦੀ ਸੋ ਮੰਨ ਲਓ ਕਈ ਵਾਰ ਹੁੰਦਾ ਇੱਕ ਪਟਰੀ ਮਿਲਦੀ ਹੈ ਦੋ ਪਟਰੀਆਂ ਮਿਲਦੀਆਂ ਜੇ ਜੋ ਵੀ ਸੰਖਿਆ ਕੁਲ ਨੂੰ ਕਿ ਮਤਲਬ ਹੁੰਦਾ ਜੋ ਵੀ ਸਿਆ ਇਲ ਨੁਮੇਰੋ ਡਿਬਿਨਾਰੀ ਕਿ ਜੋ ਵੀ ਸੰਖਿਆ ਹੋਵੇ ਨੁਮੇਰੋ ਮਤਲਬ ਸੰਖਿਆ ਦੀ ਬਿਨਾਰੀ ਮਤਲਬ ਪਟਰੀਆਂ ਦੀ ਮੰਨ ਲਓ ਦੋ ਪਟਰੀਆਂ ਹੁਣ ਤਿੰਨ ਪਟਰੀਆਂ ਹੁਣ ਪਰ ਇਹ ਜਿਹੜਾ ਤੁਹਾਨੂੰ ਪ੍ਰੋਤੇਤੋ ਕਰਦੀ ਆ ਪ੍ਰੋਨ ਚਾ ਕੀ ਅਤਰਾਵਰਸਮੈਂਟੋ ਫਿਆਰੀਓ ਪ੍ਰੋਤੇਤੋ ਕਰਦ ਏ ਦੀ ਸੁਰੱਖਿਆ ਕੀਤੀ ਜਾਂਦੀ ਆ ਬਾਰੀਏਰੇ ਦੁਆਰਾ ਜਾਂ ਸੈਮੀ ਬਾਰੀਏਰੇ ਦੁਆਰਾ ਅੱਗੇ ਇਲਸਾਨਿਆਲੇ ਰੈਫਿਗੁਰਾਟੋ ਪ੍ਰੋਨੁਨਜ਼ਾ ਜਾਸਿਗਨ ਦਿਖਾਇਆ ਗਿਆ ਦੱਸਦਾ ਹੈ ਹੁਨ ਅਤਰਾਵਰਸਮੈਂਟੋ ਇਹ ਕਿ ਕ੍ਰੋਸਿੰਗ ਐ ਫੈਰੋਵੀਆਰੀਓ ਫੈਰੋਵੀਆਰੀਓ ਮਲਕੀ ਜੇੜੇ ਰੇਲਵੇ ਕ੍ਰੋਸਿੰਗ ਐ ਮੂਨੀਤੋ ਦੀ ਬਾਰੀਏਰੇ ਓ ਸੈਮੀ ਬਾਰੀਏਰੇ ਕੀ ਮੂਨੀਤੋ ਕਿ ਜਿਹੜੀ ਲੈਸ ਆ ਉਥੇ ਲੱਗੇ ਹੋਏ ਆ ਉਥੇ ਫਿੱਟ ਹੋਏ ਆ ਬਾਰੀਏਰੇ ਜਾਂ ਬੈਰੀਅਰ ਓ ਸੈਮੀ ਬਾਰੀਏਰੇ ਸੈਮੀ ਬੈਰੀਅਰ ਦੋਪੋ ਇਲ ਸਨੇਆਲੇ ਰਾਫਿਗੁਰਾਟੋ 디 ਕਾਇਗਾ ਸਿੰਗਲ ਤੋ ਬਾਦ ਸੀ ਪੋਤਰਵਾਰੇ ਸੀ ਪੋਤਰਵਾਰੇ ਕਿ ਮਿਲ ਸਕਦਾ ਹੈ ਉਨ 디ਸਪੋਜੀਟਿਵੋ ਇੱਕ ਯੰਤਰ ਆਉਕੂਸਟੀਕੋ ਆਕੂਸਟੀਕੋ ਮਤਲਬ ਜੋ ਆਵਾਜ਼ ਕਰਦਾ ਵਾ ਯੰਤਰ ਜਿਹੜਾ ਆਵਾਜ਼ ਕਰਦਾ ਵਾ ਕੇ ਅਵੇਰਤਾ ਦੈਲੇ ਕਿਊਸੂਰਾ ਕਿ ਜੋ ਸਾਨੂੰ ਚੇਤਾਵਨੀ ਦਿੰਦਾ ਵਾ ਚੇਤੰਤ ਕਰਦਾ ਵਾ ਦੈਲੇ ਕਿਊਸੂਰਾ ਕਿ ਬੰਦ ਹੋਣ ਦਾ ਕੀ ਬੰਦ ਹੋਣ ਲੱਗਦਾ ਜਦੋਂ ਫਾਟਕ ਬੰਦ ਹੋਣ ਲੱਗਦਾ ਵਾ ਦੈਲ ਦੇ ਬੈਰੀਅਰੇ ਕੀ ਬੈਰੀਅਰ ਦੁਆਰਾ ਉਹ ਦੈਲ ਸੈਮੀ ਬੈਰੀਅਰੇ ਦ ਸੈਮੀ ਬੈਰੀਅਰ ਦੁਆਰਾ ਜਿਹੜੇ ਅੱਧੇ ਬੈਰੀਅਰ ਹੁੰਦੇ ਆ ਸੋ ਇੱਕ ਕਹਿੰਦਾ ਕਿ ਹੋ ਸਕਦਾ ਤੁਹਾਨੂੰ ਮਿਲੇ ਉੱਥੇ ਇੱਕ 디ਸਪੋਜ਼ਿਟਿਵ ਕੀ ਕਯੰਤਰ ਹੈ ਆਕੂਸਟਿਕੋ ਜਿਹੜਾ ਆਵਾਜ਼ ਕਰਦਾ ਵਾ ਮਤਲਬ ਫਾਰ ਐਗਜ਼ਾਮਪਲ ਤੁਸੀਂ ਜਦੋਂ ਫਾਟਕ ਬੰਦ ਹੋਣ ਲੱਗਣਾ ਵਾ ਟ੍ਰੇਨ ਆਉਂਦੀ ਵੀ ਪਤਾ ਫਾਟਕ ਬੰਦ ਹੋਣ ਦਾ ਟਾਈਮ ਹੈ ਟ੍ਰੇਨ ਆਉਂਦਾ ਟਾਈਮ ਹੈ ਉਹ ਸਾਊਂਡ ਕਰੂਗਾ ਉਹ ਇੱਕ ਆਵਾਜ਼ ਕਰੂਗਾ ਉਹ ਵਾਲਾ 디ਸਪੋਜ਼ਿਟਿਵ ਯੰਤਰ ਜਿੱਥੋਂ ਤੁਹਾਨੂੰ ਚੇਤਾਵਨੀ ਮਿਲੂਗੀ ਕਿ ਟ੍ਰੇਨ ਆਉਣ ਵਾਲੀ ਹੈ ਫਾਟਕ ਹੁਣ ਬੰਦ ਹੋਣ ਵਾਲਾ ਤੁਸੀਂ ਇੱਥੇ ਰੁਕ ਜਾਓ ਇਲ ਸਨੇ ਵਾਲੇ ਰਾ ਫਿਗੁਰਾ ਤੋਂ ਐ ਪੋਸਟੋ ਜਿਹੜਾ ਸਿਗਨਲ ਦਿਖਾਇਆ ਗਿਆ ਹੈ ਪੋਸਟੋ ਲੱਗਿਆ ਹੁੰਦਾ ਵਾ ਦੀ ਨੋਰਮਾ ਆਮ ਤੌਰ ਤੇ ਚੈਂਤੋ ਚਕਵਾਂਤਾ ਮੇਤਰੀ ਪ੍ਰੀਮਾ 150 ਮੀਟਰ ਪਹਿਲਾਂ ਦਲ ਪਸਾਜੋ ਆਲੇ ਵੈਲੋ ਦਲ ਪਸਾਜੋ ਆਲੇ ਵੈਲੋ ਕੀ ਪਾਟਕ ਤੋਂ 150 ਮੀਟਰ ਪਿੱਲਾਂ ਦੇ ਲੱਗਿਆ ਹੁੰਦਾ ਵਾ ਇਨ ਪ੍ਰੈਸੈਂਸ ਆ ਦਲ ਸਨੇ ਵਾਲੇ ਰਾ ਫਿਗੁਰਾ ਤੋਂ ਦਿਖਾਈ ਗਿਆ ਸਿਗਨਲ ਦੀ ਮੌਜੂਦਗੀ ਵਿੱਚ ਐ ਨੇਚ ਸਾਰੀ ਜ਼ਰੂਰੀ ਆ ਮੋਦੇਰਾ ਦੇ ਦਰਮਿਆਨੀ ਰੱਖਣਾ ਲਾਸ ਬਿਲੋਚੀ ਦਾ ਸਪੀਡ ਨੂੰ ਦੋ ਪੁਲਸ ਨੇ ਆਲੇ ਰਫੀਗੁਰਾਤੋ ਦੇ ਕਾਈਗਸ ਸਿਗਨਲ ਤੋਂ ਬਾਅਦ ਸੇ ਅਗਰ ਚੀ ਸੋਨੋਲੇ ਬੈਰੀਏ ਅਗਰ ਬੈਰੀਅਰ ਨੇ ਐ ਇਸਤਲਾਹਤ ਲੱਗਿਆ ਹੋਏਗਾ ਉਨ ਇੱਕ ਡਿਸਪੋਜੀਟਿਵ ਯੰਤਰ ਅਲੂਚੇ ਰੋਸਾ ਫੀਸਾ ਅਲੂਚੇ ਰੋਸਾ ਫੀਸਾ ਜੋਗਤਾਂ ਨੂੰ ਤਸਵੀਰ ਚ ਦਿਖਾਇਆ ਸੀ ਲਾ ਫਿਗੂਰਾ ਰੈਪ੍ਰੇਜ਼ੈਂਟਾ ਇਹ ਰੇ ਤਸਵੀਰ ਦਿਖਾਈ ਗਈ ਆ ਉਨਸੇ ਨੇ ਆਲੇ ਇੱਕ ਸਿਗਨਲ ਐ ਪੇਰੀਕਲੋ ਖਤਰੇ ਦਾ ਅੱਗੇ ਜੀ ਕੰਪੋਰਟਮੈਂਟੀ ਬਿਹੇਵੀਅਰ ਦਾ ਤੈਨੇ ਰੱਖਣ ਦਾ ਇੰਪ੍ਰੈਸੈਂਸਾ ਮੌਜੂਦਗੀ ਵਿੱਚ ਦਲਸਨਿਆਲੇ ਸਿਗਨਲ ਦੀ ਮੌਜੂਦਗੀ ਵਿੱਚ ਦੀਪਸਾਜੋ ਵਾਲੀ ਲੈਵੈਲੋ ਪਸਾਜੋ ਵਾਲੀ ਲੈਵੈਲੋ ਕੋਣ ਬਰੀਅਰੇ ਹੋ ਸੈਮੀ ਬਰੀਅਰੇ ਕਿ ਫਾਟਕਿਆ ਬੈਰੀਅਰ ਦੇ ਨਾਲ ਜਾਂ ਅਧ ਬੈਰੀਅਰ ਦੇ ਨਾਲ ਸੈਮੀ ਬਰੀਅਰੇ ਜਿਹੜੇ ਅਧੇ ਬੈਰੀਅਰ ਹੁੰਦੇ ਉਹਨਾਂ ਦੇ ਨਾਲ ਸੋ ਕਿਦੋਂ ਜਦੋਂ ਤੁਹਾਨੂੰ ਇਹ ਮਿਲਦਾ ਵਾ ਸਿਗਨਲ ਤੁਸੀਂ ਕਿਸ ਤਰ੍ਹਾਂ ਦਾ ਬਿਹੇਵੀਅਰ ਕਰਨਾ ਸੋ ਉਸ ਚੀਜ਼ ਬਾਰੇ ਹੁਣ ਬਣਦੇ ਆ ਇਨ ਪ੍ਰੈਸੈਂਸ ਆਦਲ ਸਨੇ ਹਾਲੇ ਰੈਫਿਗੁਰਾਟੋ ਐ ਨੈਸਸਾਰੀਓ ਦਿਖਾਏਗਾ ਸਿਗਨਲ ਦੀ ਮੌਜੂਦਗੀ ਵਿੱਚ ਐ ਨੈਸਸਾਰੀਓ ਜ਼ਰੂਰੀ ਆ ਮੋਦੇ ਰਾਰੇ ਦਰਮਿਆਨੀ ਰੱਖਣਾ ਲਾਸਟ ਬਿਲੋਚੀਤਾ ਸਪੀਡ ਨੂੰ ਪੇਰੇ ਸਰੇ ਭਰੰਤੀ ਤਿਆਰ ਰਹਿਣ ਲਈ ਅਦ ਅਰਸਤਾਰ ਸੀ ਰੁਕਨ ਨੂੰ ਰੁਕਨ ਨੂੰ ਤਿਆਰ ਰਹਿਣ ਲਈ ਸੇ ਅਗਰਲੇ ਬੈਰੀਅਰੇ ਸੋਨੋ ਕਿਉਂ ਸੇ ਅਗਰ ਬੈਰੀਅਰ ਬਾਤੇ ਆ ਸੋ ਕਹਿੰਦਾ ਕਿ ਤੁਸੀਂ ਸਪੀਡ ਨੂੰ ਦਰਮਿਆਨੀ ਰੱਖੋ ਰੁਕਨ ਲਈ ਤਿਆਰ ਰਹਿਣ ਲਈ ਕਿ ਤੁਸੀਂ ਤੁਹਾਨੂੰ ਰੋਕਣਾ ਪੈ ਸਕਦਾ ਹੈ से अगर आ, से ले बैरियर अगर बैरियर है जेडे सुनो क्यू से बंदले इन प्रेजेंस अद एलसेने आले रा फिगुराटो नोन है कंसेंटिटो इजाजत ਨਹੀਂ ਹ ਇੰਪੇਨੀਆਰੇ ਇੰਪੇਨੀਆਰੇ ਮਤਲਬ ਵਿਅਸਤ ਕਰਨਾ ਵਿਅਸਤ ਕਰਨਾ ਮਤਲਬ ਕਿਸ ਤਰ੍ਹਾਂ ਕੀ ਤੁਸੀਂ ਭੀੜ ਪੜਾ ਕੇ ਟਾਈਪ ਲਾ ਲਓ ਇਲ ਪਸਾਜੋਲ ਵੈਲੋ ਫਾਟਕ ਨੂੰ ਵਿਅਸਤ ਕਰਨਾ ਸੇ ਅਗਰ ਇਲ ਟਰਾਫੀਕ ਨੂੰ ਇਨ ਟੈਸਟੋ ਕਿ ਜਦੋਂ ਜਿਆਦੀ ਭੀੜ ਹੈ ਜਿਆਦੀ ਟ੍ਰੈਫਿਕ ਹੈ ਇੰਪੇਡੀਸ਼ ਰੁਕਾਵਟ ਬਣ ਲਈ ਆ ਦੀਸ ਗੁੰਬਰਾਰ ਲੋਸ ਗੁੰਬਰਾਰ ਲੋ ਕੀ ਫ੍ਰੀ ਕਰਨ ਵਿੱਚ ਸੋ ਫ੍ਰੀ ਕਰਨ ਵਿੱਚ ਕੀ ਇਜਾਜ਼ਤ ਨਹੀਂ ਆ ਜੀ ਉਹਨੂੰ ਤੁਸੀਂ ਇੰਪੇ ਨਹੀਂ ਹਾਰੇ ਕਰਨਾ ਪਾ ਸਾਜੋ ਲੈਵਲ ਨੂੰ ਫਾਟਕ ਨੂੰ ਅਗਰ ਜਦੋਂ ਟ੍ਰੈਫਿਕ ਜ਼ਿਆਦਾ ਵਾ ਤੇ ਉਹ ਰੁਕਾਵਟ ਬਣਾ ਰਹੀ ਆ ਉਸ ਨੂੰ ਫ੍ਰੀ ਕਰਨ ਦੇ ਵਿੱਚ ਕਿਉਂਕਿ ਜੇ ਪਾ ਸਾਜੋ ਲੈਵਲ ਉਹ ਫ੍ਰੀ ਰਹਿਣੀ ਚਾਹੀਦੀ ਆ ਉਹ ਤਾਂ ਮਤਲਬ ਹੁੰਦਾ ਵਾ ਕਿ ਬਸ ਤੁਸੀਂ ਉਹਨੂੰ ਪਾਰ ਕੀਤਾ ਫਾਟਕ ਨੂੰ ਤੇ ਚੱਲ ਗਏ ਨਾ ਕਿ ਤੁਸੀਂ ਉਹਨੂੰ ਇੰਪੇ ਨਹੀਂ ਹਾਰੇ ਕਰੋ ਨਾ ਕਿ ਉੱਥੇ ਮਤਲਬ ਕਿ ਭੀੜ ਭੜਕਾ ਲਾਓ ਕਹਿੰਦਾ ਭਾਵੇਂ ਆ ਇਨ ਪ੍ਰੈਸੈਂਸ ਆ ਦੇਲ ਸਨੇ ਵਾਲੇ ਦਾ ਫਿਗੁਰਾ ਤੋਂ ਐ ਨੈਚਸਾਰੀਓ ਸਿਦਖਾਇ ਗਿਆ ਸਿੰਗਲ ਦੀ ਮੌਜੂਦਗੀ ਵਿੱਚ ਨੈ ਐ ਨੈਚਸਾਰੀਓ ਜ਼ਰੂਰੀ ਆ ਅਰੈਸਟਾਰ ਸੀ ਰੁਕਣਾ ਸੇ ਅਗਰ ਸੋਨੋ ਇਨ ਫੁਨਸੀਓਨੇ ਕਿ ਅਗਰ ਚੱਲ ਰਹੇ ਨੇ ਲੇ ਦੂਏ ਲੂਚੀ ਦੋ ਲਾਈਟਾਂ ਰੋਸੇ ਲਾਲ ਲੰਪੇ ਜਾਂਦੀ ਸੋ ਜਿਹੜੀਆਂ ਦੋ ਲਾਈਟਾਂ ਉੱਥੇ ਲੱਗੀਆਂ ਵਾ ਅਗਰ ਉਹ ਚੱਲਦੀਆਂ ਨੇ ਜਗਦੀਆਂ ਪੁੱਜਦੀਆਂ ਤਾਂ ਤੁਹਾਨੂੰ ਜਿਹੜਾ ਨੈਚਸਾਰੀਓ ਆ ਜ਼ਰੂਰੀ ਆ ਰੁਕਣਾ ਤੋ ਤੁਸੀਂ ਪੜਿਆ ਸੀ ਜਿੱਥੇ ਸੈਮੀ ਪਰੀਅਰ ਹੈ ਉੱਥੇ ਦੋ ਲਾਈਟਾਂ ਹੁੰਦੀਆਂ ਵਾਂ ਜਿਵੇਂ ਤੁਸੀਂ ਪਿੱਛੇ ਪੜ ਕੇ ਹਟੇ ਹੋ ਅਗਰ ਬਾਅਦ ਤੁਸੀਂ ਵੀਡੀਓ ਵੀ ਵੇਖੂਗੇ ਤਾਂ ਤੁਹਾਨੂੰ ਪਤਾ ਲੱਗੂਗਾ ਕਿ ਹਾਂ ਵਿੱਚ ਜਿਹੜੇ ਚੀਜ਼ਾਂ ਤੁਹਾਡੇ ਡਾਊਟ ਹੈ ਉਹ ਵੀ ਕਲੀਅਰ ਹੋਣਗੇ ਇਨ ਪ੍ਰੈਜ਼ੈਂਸ ਅਦਲਸ ਨੇ ਹਾਲੇ ਰਫੀਗੁਰਾਤੋ ਦਿਖਾਈਗਾ ਸਿੰਗਲ ਦੀ ਮੌਜੂਦਗੀ ਵਿੱਚ ਐਨ ਐਚ ਐਸ ਆ ਰਹੀ ਹੈ ਜ਼ਰੂਰੀ ਆ ਰੈਸਟਾਰਸੀ ਰੁਕਣਾ ਸੇ ਅਗਰ ਐ ਇਨ ਫੰਕਸ਼ਨ ਹੈ ਅਗਰ ਚੱਲ ਰਿਹਾ ਹੈ ਇਨ ਫੰਕਸ਼ਨ ਇ ਕਗਰ ਚੱਲ ਰਿਹਾ ਹੈ ਸੋ ਫੰਕਸ਼ਨ ਨੇ ਮਿਲ ਕੇ ਚੱਲਣਾ ਫੰਕਸ਼ਨ ਕਰ ਰਿਹਾ ਵਾ ਥਿਲ ਥਿਸ ਡਿਸਪੋਜੀਟਿਵ ਉਹ ਯੰਤਰ ਅਕੂਸਟਿਕੋ ਆਵਾਜ਼ ਵਾਲਾ ਸੋ ਜਿਹੜਾ ਆਵਾਜ਼ ਵਾਲਾ ਯੰਤਰ ਆ ਹੋਰਨ ਵਾਲਾ ਉਹ ਚੱਲ ਰਿਹਾ ਹੈ ਕਿ ਅਵਹਿਰ ਤੇ ਜੋ ਚੇਤਾਵਨੀ ਦਿੰਦਾ ਹੈ ਦਲਾਕਿਉਸੂ ਰਾ ਬੰਦ ਹੋਣ ਦਾ ਲੇ ਬਰੀਏ ਦੇ ਸੋ ਬੈਰੀਅਰ ਦੇ ਬੰਦ ਹੋਣ ਦੀ ਜਿਹੜੀ ਚੇਤਾਵਨੀ ਦਿੰਦਾ ਹੈ ਅਗਰ ਉਹ ਚੱਲ ਰਿਹਾ ਹੈ ਤਾਂ ਨੈਚਸਾਰੀ ਉਹ ਜ਼ਰੂਰੀ ਹੈ ਜੀ ਅਰਸਤਾਰ ਸੀ ਰੁਕਣਾ ਇਨ ਪ੍ਰੈਸੈਂਸ ਆ ਦਲ ਸਨੇਹਾਲੇ ਦਿਖਾਏਗਾ ਸਿੰਗਲ ਦੀ ਮੌਜੂਦਗੀ ਵਿੱਚ ਰ ਅ ਦਿਖਾਈਗਾ ਸਿੰਬਲ ਮੌਜੂਦ ਕੀ ਵੇਚਰ ਸੇ ਅਗਰ ਇਲਵੀ ਕਲੋ ਵਾਹਨ ਜਾਂ ਗੱਡੀ ਕਹ ਲੋ ਸਿਫੇਰਮਾ ਅਗਰ ਰੁਕੀ ਆ ਫਿਰ ਅਵਾਰੀਆ ਅਵਾਰੀਆ ਮਤਲਬ ਹੁੰਦਾ ਕਿ ਉਹ ਗੱਡੀ ਖਰਾਬ ਹੋ ਗਈ ਆ ਜਾਂ ਉਹ ਹਾਂ ਖਰਾਬ ਹੀ ਕਹਿ ਸਕਦੇ ਆ ਅ ਸੂਈ ਬਿਨਾਰੀ ਅਗਰ ਉਹ ਰੁਕੀ ਆ ਪਟਰੀਆਂ ਤੇ ਕਿ ਗੱਡੀ ਖਰਾਬ ਹੋ ਗਈ ਆ ਤੇ ਪਟਰੀਆਂ ਤੇ ਰੁਕ ਗਈ ਆ ਇਲ ਕੋੰਦੂ ਚੈਂਤੇ ਜਿਹੜਾ ਡਰਾਈਵਰ ਆ ਦੇਵੇ ਅਦੋਤਾਰੇ ਉਹਨੀ ਨਿਸ਼ੀਆਤੀ ਵਾਕਿ ਉਹਨੂੰ ਹਰ ਇੱਕ ਸ਼ੁਰੂਆਤ ਕਰਨੀ ਚਾਹੀਦੀ ਆ ਉਤੀਲੇ ਕੰਮ ਚ ਆਉਣ ਵਾਲੀ ਵਰਤੋ ਹਰੇਕ ਜਿਹੜੀ ਸ਼ੁਰੂਆਤ ਹੈ ਉਹਨੂੰ ਕਰਨੀ ਚਾਹੀਦੀ ਆ ਅਲਫੀ ਨੇ ਦੀ ਆਵੀ ਤਾਰੀਂ ਇਨਸੀਡੈਂਟ ਕੀ ਐਕਸੀਡੈਂਟ ਤੋਂ ਬਚਾ ਕਰਨ ਦੇ ਲਈ ਸੋ ਕਹਿੰਦਾ ਕਿ ਉਹਨੂੰ ਹਰ ਕੋਸ਼ਿਸ਼ ਕਰਨੀ ਚਾਹੀਦੀ ਆ ਹਰੇਕ ਜਿਹੜੀ ਸ਼ੁਰੂਆਤੀ ਕੋਸ਼ਿਸ਼ ਕਰਨੀ ਚਾਹੀਦੀ ਆ ਜ਼ਰੂਰੀ ਕਾਦੇ ਲਈ ਬਚਾ ਕਰਨ ਲਈ ਕਿ ਐਕਸੀਡੈਂਟ ਤੋਂ ਕਿ ਜਿਹੜੀ ਗੱਡੀ ਆ ਜਿਹੜੀ ਉਹਦੀ ਪਟਰੀਆਂ ਦੇ ਨਾਲ ਖਲੋਤੀ ਦੇਵੇ ਸੋ ਆਵਾਰੀਆ ਮਤਲਬ ਕਿ ਅਗਰ ਗੱਡੀ ਖਰਾਬ ਹੋ ਜਾਂਦੀ ਆ ਠੀਕ ਹੈ ਜੀ ਅੱਗੇ ਸੋ ਆ ਗਿਆ ਜੀ ਸਿਨੇਆਲੇ ਦੀ ਪਸਾਜੋ ਵਾਲੋ ਵੈਲੋ ਸੈਂਸਾ ਬਰੀਏ ਸੋ ਜਦੋਂ ਤੁਹਾਨੂੰ ਐਦਾਂ ਮਿਲਦਾ ਹੋਣਾ ਸਿਗਨਲ ਧਿਆਨ ਨਾਲ ਦੇਖ ਲਓ ਇਸ ਤਰ੍ਹਾਂ ਇਹ ਜਦੋਂ ਸੈਂਸਾ ਬਰੀਏ ਕਿ ਬੈਰੀਅਰ ਨਹੀਂ ਹੁੰਦੇ ਸੋ ਜਦੋਂ ਇਹ ਮਿਲੂਗਾ ਇਲ ਸਿਨੇਆਲੇ ਰਾਫਿਗੁਰਾਟੋ ਦੀ ਇਲ ਸਿਨੇਆਲੇ ਰਾਫਿਗੁਰਾਟੋ ਪ੍ਰੈਨੂਨcia ਦਿਖਾਏਗਾ ਸਿਗਨਲ ਦੱਸਦਾ ਹੈ ਉਨਾ ਤਰਾ ਵਰਸਾਮੈਂਟੋ ਇੱਕ ਕ੍ਰੋਸਿੰਗ ਆ ਜੀ ਫੈਰੋਵੀਆ ਰਿਓ ਇੱਕ ਰੇਲਵੇ ਕ੍ਰੋਸਿੰਗ ਆ ਆਲੀਵੈਲੋ ਸੈਂਸਾ ਬਰਗੇਰੀ ਸੋ ਇੱਕ ਰੇਲਵੇ ਕੋਸਿੰਗ ਰੇਲਵੇ ਕਰਾਸਿੰਗ ਆ ਬਿਨਾ ਬੈਰੀਅਰ ਤੋਂ ਠੀਕ ਹੈ ਜੀ ਇਲਸਨੇ ਵਾਲਾ ਰੈਫਿਗੁਰਾਟੋ ਐ ਪੋਸਟੋ ਲੱਗਿਆ ਹੁੰਦਾ ਦੀ ਨੋਰਮਾ ਆਮ ਤੌਰ ਤੇ 150 ਮੀਟਰ x 50 ਮੀਟਰ ਤੇ ਦਾਈ ਬਿਨਾਰੀ ਪਟੜੀਆਂ ਤੋਂ ਇਨਟੀਗਰਾਟੋ ਇੰਟੀਗ੍ਰਾਟੋ ਲੱਗਿਆ ਹੁੰਦਾ ਵਾ ਦ ਰੈਲੇਟਿਵ ਪੈਨਲੋ ਦਿਸਟਾਂਸਿਓ ਮੈਟ੍ਰਿਕੋ ਕੀ ਇੱਕ ਸੰਬੰਧਤ ਪੈਨਲ ਦੇ ਨਾਲ ਦਿਸਟਾਂਸਿਓ ਮੈਟ੍ਰਿਕੋ ਜਿਹੜੀ ਕਿ ਤੁਹਾਨੂੰ ਡਿਸਟੈਂਸ ਦੱਸਦੀ ਆ ਸੋ ਇਹ ਇੰਟੀਗ੍ਰਾਟੋ ਕਿ ਆ ਜਿਹੜਾ ਸਿਗਨਲ ਲੱਗਿਆ ਹੁੰਦਾ ਵਾ ਕਿਸ ਪੈਨਲ ਦੇ ਨਾਲ ਜਿਹੜੇ ਸੰਬੰਧ ਜਿਹੜੇ ਸੰਬੰਧ ਰੱਖਦੀ ਆ ਡਿਸਟੈਂਸ ਦੇ ਨਾਲ ਸੋ ਤੁਹਾਨੂੰ ਦਿਖਾਉਣਾ ਕਿਹੜੀ ਸਿਨਿਆਲੇ ਰਾਫਿਗੁਰਾਟੋ ਰਿਕੇਦੇ ਜਰੂਰ ਜ਼ਰੂਰਤ ਆ ਜਾਂ ਲੋਡ ਆ ਤੀ ਉਸਾਰੇ ਵਰਤਨ ਦੀ ਮਾਸਿ ਮਾਫਰੂਦੈਂਸਾ ਬਹੁਤ ਧਿਆਨ ਕਿਉਂਕਿ ਲੇਵੈਲੋ ਅਸੈਂਸਾ ਬਰਗੇਇਰੇ ਮੀਨਾ ਬੈਰੀਅਰ ਤੋਂ ਤਾਂ ਕਰਕੇ ਲਾਫਿਗੂਰਾ ਰੈਪ੍ਰੇਜ਼ੈਂਤਾ ਜਿਹੜੀ ਤਸਵੀਰ ਦਿਖਾਈ ਗਈ ਹੈ ਉਸ ਸਿਨਿਆਲੇ ਇੱਕ ਸਿਗਨਲ ਹੈ ਦੀਪੇ ਰੇ ਕੋ ਖਤਰੇ ਦਾ ਦੋ ਪੋਇਲ ਸਿਨਿਆਲੇ ਰਾਫਿਗੁਰਾਟੋ ਐਂਸਟੇਲਾਟੋ ਕਿ ਇਹ ਸਿਗਨਲ ਤੋਂ ਬਾਅਦ ਜਦ ਸਿਗਨਲ ਦਿਖਾਇਆ ਗਿਆ ਇਸ ਤੋਂ ਬਾਅਦ ਐਸਟੇਲਾਟੋ ਲੱਗਿਆ ਹੁੰਦਾ ਵਾ ਇਲ ਸਿਨੇਅਲੇ ਕਰੋਚੇ ਦੀ ਸੰਨੰਦ੍ਰਿਆ ਇੱਕ ਸਿਗਨ ਲੱਗਿਆ ਹੁੰਦਾ ਕਰੋਚੇ ਦੀ ਸੰਨੰਦ੍ਰਿਆ ਐਦਾਂ ਕਰਕੇ ਐਕਸ ਬਣਿਆ ਹੁੰਦਾ ਵਾ ਤਸਵੀਰ ਜੇ ਦੇਖੋ ਨਾ ਤੁਹਾਨੂੰ ਕਿ ਪੋਜੀਸ਼ਨਾਟੋ ਪ੍ਰੀਮਾ ਦੀ ਬਿਨਾਰੀ ਕਿ ਜਿਹੜਾ ਲੱਗਿਆ ਹੁੰਦਾ ਬਿਨਾਰੀ ਤੋਂ ਪਹਿਲਾਂ ਪਟਰੀ ਤੋਂ ਪਹਿਲਾਂ ਮਲਕੀ ਪਟਰੀ ਤੋਂ ਇੱਕਦਮ ਨਜ਼ਦੀਕ ਲੱਗਿਆ ਹੁੰਦਾ ਇੱਕਦਮ ਨੇੜੇ ਇਲ ਸਿਨੇਅਲੇ ਰੈਫਿਗੁਰਾਟੋ ਇਹ ਇੰਟੀਗਰਾਟੋ ਲੱਗਿਆ ਹੁੰਦਾ ਵਾ ਕੋਨਲ ਪੈਨੈਲੋ ਇੱਕ ਪੈਨਲ ਪੈਨੈਲੋ ਦੇ ਨਾਲ ਡਿਸਟਾਂਸੀਓਮੈਟ੍ਰਿਕੋ ਡਿਸਟਾਂਸੀਓਮੈਟ੍ਰਿਕੋ ਜਿਹੜਾ ਉਹਦੇ ਨਾਲ ਲੱਗਿਆ ਹੁੰਦਾ ਆਤਰੇ ਬਾਰੇ ਰੋਸੇ ਸੋ ਆ ਜਿਹੜਾ ਆਪ ਲੱਗਿਆ ਹੁੰਦਾ ਜਿਵੇਂ ਤੁਹਾਨੂੰ ਉੱਥੇ ਦਿਖਿਆ ਸੀ ਉਹਦੇ ਇਹਦੇ ਥੱਲੇ ਪਨੈਲੋ ਸੀ ਦਿਸਤਾਂਸੋਮੈਟਰੀ ਕੋ ਇਤਰਾ ਬਾਰੇ ਰੋ ਸੇ ਮਰਗੀ 150 ਮੀਟਰ ਦੀ ਕਹਿੰਦਾ ਭਾਵ ਕੀ ਹੈ ਜਾਂ ਸਿਗਨਲ ਸਾਨੂੰ 150 ਮੀਟਰ ਤੇ ਮਿਲਦਾ ਵਾ ਤੇ ਥੱਲੇ ਪਨੈਲੋ ਲੱਗੀ ਹੁੰਦੀ ਆ ਦਿਸਤਾਂਸੋਮੈਟਰੀ ਕੋ ਕਿਉਂਕਿ ਉਹ ਵੀ ਦੱਸਦੀ ਆ ਕਿ ਜਿਹੜੀ ਜਿਹੜਾ ਜਿਹੜੀ ਸਾਨੂੰ ਮਿਲ ਲੱਗੀ ਆ ਸਾਜੋ ਐਲ ਵੈਲੋ ਜਿਹੜੀ ਸਾਨੂੰ ਫਟਕ ਮਿਲ ਲੱਗਾ ਵਾ ਉਹ 150 ਮੀਟਰ ਦੂਰ ਆ ਅ ਕਿੱਥੇ ਗਏ ਆਪਾਂ ਇੱਥੇ ਅੱਗੇ ਦੋ ਪੁਇਲ ਸਨੇ ਆਲੇ ਰੈਫਿਗੁਰਾਟੋ ਦਿਖਾਏਗਾ ਸਿਗਨਲ ਤੋਂ ਬਾਅਦ ਐ ਇਸਲਾ ਤੋਂ ਲੱਗਿਆ ਹੁੰਦਾ ਵਾ ਇਸ ਨੇ ਹਾਲੇ ਸਿਗਨਲ ਦੋ ਪਿਆ ਕਰੋਚੇ ਦੀ ਸੰਨੰਦ੍ਰਿਆ ਕਿ ਡਬਲ ਜਿਹੜਾ ਕਰੋਸ ਆ ਇੱਕ ਤੇ ਦੋ ਕਰੋਸ ਮਿਲਦੇ ਆ ਸੰਨੰਦ੍ਰਿਆ ਦੇ ਸੇਲਾ ਲੀਨੀਆ ਫੇਰੋਵੀਆਰੀਆ ਆ ਪਿਉ ਦੀਨ ਬਿਨਾਰਿਓ ਕਿ ਜਿਹੜੀ ਜਿਹੜੀ ਆਪਣੀ ਰੇਲਵੇ ਲਾਈਨ ਆ ਜਿਹੜੀ ਰੇਲਵੇ ਲਾਈਨ ਆ ਆ ਪਿਉ ਜ਼ਿਆਦੇ ਨੇ ਦੀਨ ਬਿਨਾਰਿਓ ਇੱਕ ਬਿਨਾਰੀ ਤੋਂ ਜ਼ਿਆਦਾ ਵਾ ਇੱਕ ਪਟਰੀ ਤੋਂ ਜ਼ਿਆਦਾ ਜੀ ਉੱਤੇ ਦੋ ਪਟਰੀਆਂ ਵਾ ਸੋ ਇੱਕ ਤਾਂ ਤੁਹਾਨੂੰ ਮਿਲਦੀ ਸੈਂਸਾਬਰੀਏ ਤੇ ਜੇ ਦੋ ਪਟੜੀਆਂ ਮਿਲ ਰਹੀਆਂ ਵਾ ਤੇ ਉਥੇ ਦੋ ਜਿਹੜੇ ਕਰੋਸ ਲੱਗੇ ਹੋਣਗੇ ਕਿਹੜੇ ਕਰੋਚੇ ਦੀ ਸਨ ਆਂਦਰੀਆ ਉਹਨਾਂ ਨੂੰ ਕਹਿੰਦੇ ਆ ਸੋ ਉਹ ਆਪਾਂ ਹੁਣ ਵੇਖਦੇ ਆ ਸੋ ਆ ਤੁਹਾਡੇ ਸਾਹਮਣੇ ਆ ਹੀ ਗਏ ਆ ਇੱਕ ਵਾਰੀ ਤਸਵੀਰ ਨਾਲ ਵੇਖ ਲੈਣੇ ਆ ਸਿਨੇਆਲੇ ਕਰੋਚੇ ਦੀ ਸਨ ਆਂਦਰੀਆ ਸੋ ਸਿਗਨਾਲੀਆ ਦੀ ਕਰੋਚੇ ਦੀ ਸਨ ਆਂਦਰੀਆ ਦਾ ਇਲ ਸਿਨੇਆਲੇ ਰਫਿਗੁਰਾਤੋ ਇੰਡੀਕਾ ਜਿ ਸਾਗਨੋ ਦਿਖਾਇਆ ਗਿਆ ਇੰਡੀਕਾ ਸੰਕੇਤ ਦਿੰਦਾ ਹੈ ਕਿ ਲਾਸੇ ਦੇ ਫੇਰੋ ਵੀ ਆਰੀਆ ਅਸੋਲੋਨ ਬਿਨਾਰੀਓ ਕਿਸੇ ਦੇ ਫੇਰੋ ਵੀ ਆਦੇ ਕਿ ਜਿਹੜੀ ਰੇਲਵੇ ਕਰੋਸਿੰਗ ਆ ਆ ਸੋਲੋ ਉਹ ਬਿਨਾਰੀ ਉਹ ਸਿਰਫ ਉਹਦੀ ਇੱਕ ਪਟਰੀ ਆ ਕਿਉਂਕਿ ਇੱਕ ਲੱਗਿਆ ਵਾ ਅਗਰ ਦੋ ਲੱਗੇ ਹੁੰਦੇ ਫਿਰ ਪਤਾ ਲੱਗਣਾ ਸੀ ਇੱਕ ਜਾਂ ਇੱਕ ਤੋਂ ਵਧੇਰੇ ਪਟਰੀਆਂ ਵਾ ਸੋ ਦੋ ਲੱਗੇ ਦਾ ਮਤਲਬ ਇਹ ਕਿ ਦੋ ਪਟਰੀਆਂ ਵਾ ਤਿੰਨ ਵੀ ਹੋ ਸਕਦੀਆਂ ਵਾ ਮਤਲਬ ਕਿ ਦੋ ਲੱਗੇ ਕਹਿੰਦਾ ਬਾਬ ਕਿ ਇੱਕ ਤੋਂ ਵਧੇਰੇ ਪਟਰੀਆਂ ਵਾ ਇਲ ਸਨੇ ਵਾਲੇ ਰਾ ਫਿਗੁਰਾ ਤੋਂ ਐਪੋਸ ਤੋਂ ਲੱਗਿਆ ਹੁੰਦਾ ਵਾ ਨੈਲੇ ਇਮੀਡੀਆ ਤੇ ਵਿੱਚ ਇਨਾਂ ਸੇ ਕਿ ਇੱਕਦਮ ਨੇੜੇ ਦੀ ਉਹ ਅਟਰਾਵਰਸਾਮੈਂਟੋ ਫਿਰ ਵਿਆਰੀਓ ਸੈਂਸਾ ਬਿਨਾ ਬਰੀਏਰੇ ਸੋ ਕਹਿੰਦਾ ਕਿ ਇਹ ਜਿਹੜਾ ਸਿਗਨਲ ਦਿਖਾਇਆ ਗਿਆ ਪੋਸਟ ਤੋਂ ਲੱਗਿਆ ਹੁੰਦਾ ਨੈਲੇ ਇਮੀਡੀਆਟੇ ਵਿੱਚ ਨਾਨ ਸੀਗੀ ਇੱਕਦਮ ਨੇੜੇ ਜਿਉਂ ਅਤਰਾ ਵਰਸਾ ਮੈਂ ਤੋਂ ਫਿਰ ਵੀ ਆ ਰਹੀ ਰੇਲਵੇ ਕ੍ਰੋਸਿੰਗ ਦੇ ਸੈਨਸਾਬਰੀਏ ਦੇ ਕਿ ਜੋ ਬਿਨਾ ਬੈਰੀਅਰ ਤੋਂ ਸੋ ਇੱਕਦਮ ਉਹਦੇ ਨਜ਼ਦੀਕ ਲੱਗਿਆ ਹੁੰਦਾ ਵਾ ਇਲ ਸੇਨੇ ਆਲੇ ਰਾ ਫਿਗੁਰਾਟੋ ਐ ਪੋਸਟ ਲੱਗਿਆ ਹੁੰਦਾ ਵਾ ਸੁਲਾਸਟਰਾਦਾ ਸੜਕ ਤੇ ਸੁਲਾਸਟਰਾਦਾ ਤੋਂਪੋ ਸੜਕ ਤੇ ਦੋ ਪੋ ਬਾਦ ਨੂੰ ਇਲ ਸੇਨੇਆਲੇ ਦੀ ਪ੍ਰਸਾਜ ਚੋ ਅਲੇਵੈਲੋ ਸੈਂਸਾ ਬਰੀਏ ਸੋ ਜਿਹੜਾ ਤੁਹਾਨੂੰ ਸਿਗਨਲ ਮਿਲਦਾ ਪ੍ਰਸਾਜੋ ਅਲੇਵੈਲੋ ਸੈਂਸਾ ਬਰੀਏ ਉਹਦੇ ਤੋਂ ਬਾਅਦ ਲੱਗਿਆ ਹੁੰਦਾ ਬਿਲਕੁਲ ਪਹਿਲਾਂ ਉਹ ਹੁੰਦਾ ਵਾ ਫਿਰ ਉਹਦੇ ਤੋਂ ਬਾਅਦ ਇਹ ਹੁੰਦਾ ਕਿਉਂਕਿ ਇਹ ਇੱਕਦਮ ਪਟੜੀਆਂ ਤੇ ਲੱਗਿਆ ਹੁੰਦਾ ਉਹ ਤਾਂ 150 ਮੀਟਰ ਪਹਿਲਾਂ ਤੇ ਲੱਗਿਆ ਹੁੰਦਾ ਸੋ ਬਾਦ ਨੂੰ ਇੰਨੇ ਹੋਣਾ ਵਾ ਲਾ ਫਿਗੂਰਾ ਰੈਪ੍ਰੇਜ਼ੈਂਟਾ ਜਿਹੜੀ ਤਸਵੀਰ ਦਿਖਾਏਗੀ ਆ ਉਨ ਸੇਨੇਆਲੇ ਦੀ ਪੇਰੀਗਲੋ ਇੱਕ ਸਿਗਨਲੈਜਿਕ ਖਤਰੇ ਦਾ ਇਲ ਸੇਨੇਆਲੇ ਰਾ ਫਿਗੂਰਾ ਤੋ ਜੈ ਸਿਗਨਲ ਦਿਕਾਇਆ ਗਿਆ ਕੋਈ ਸੜੀ ਹੋ ਸਕਦਾ ਹੈ ਪੋਸਟੋਂ ਲੱਗਿਆ ਹੋਵੇ ਸੀ ਆ ਇਨਸੈਂਸੋ ਹਰੀਜ਼ਨਟਲ ਜਿਵੇਂ ਤੁਹਾਨੂੰ ਦੱਸਿਆ ਸੀ ਕਿ ਇਹ ਆ ਇਸ ਇਹ ਹੋ ਗਿਆ ਵਰਟੀਕਲ ਹੈ ਤੇ ਹਰੀਜ਼ਨਟਲ ਹੈ ਜਿਹੜਾ ਦੱਸ ਸਿੱਧੇ ਤੌਰ ਤੇ ਖਲੋਤੇ ਤੌਰ ਤੇ ਕਿ ਇਨਸੈਂਸੋ ਵਰਟੀਕਲ ਸੀ ਆ ਇਨਸੈਂਸੋ ਹਰੀਜ਼ਨਟਲ ਕਿ ਇਨਸੈਂਸੋ ਵਰਟੀਕਲ ਕਿ ਵਰਟੀਕਲ ਵੀ ਹੋ ਸਕਦਾ ਹਰੀਜ਼ਨਟਲ ਵੀ ਹੋ ਸਕਦਾ ਸੋ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਸ ਸ਼ੇਪ ਚ ਵੀ ਹੋ ਸਕਦਾ ਇਹ ਖਲੋਤੀ ਸ਼ੇਪ ਚ ਵੀ ਹੋ ਸਕਦਾ ਇਹ ਦੋਵੇਂ ਸ਼ੇਪਾਂ ਦੇ ਵਿੱਚ ਤੁਹਾਨੂੰ ਮਿਲ ਸਕਦਾ ਵਾ ਪਰ ਜਦੋਂ ਇਹ ਸਿਗਨਲ ਮਿਲਦਾ ਵਾ ਮਤਲਬ ਇਹਦਾ ਏਕੀ ਆ ਮਤਲਬ ਨਹੀਂ ਇਹਦਾ ਚੇਂਜ ਹੋਣਾ ਬਸ ਇਸ ਚੀਜ਼ ਨੂੰ ਦਿਮਾਗ ਦੇ ਵਿੱਚ ਰੱਖਿਓ ਅੱਗੇ ਹੁਣ ਅੱਗੇ ਜੇ ਦੋ ਪੀਆ ਕਰੋਚੇ ਦੀ ਸੰਨ ਅੰਦਰੀਆ ਸੋ ਡਬਲ ਕਰੋਸ ਆ ਗਿਆ ਜੀ ਸੰਨ ਅੰਦਰੀਆ ਦਾ ਸੋ ਇਹ ਤੋਂ ਪਤਾ ਲੱਗ ਗਿਆ ਕਿ ਇੱਕ ਤੋਂ ਵਧੇਰੇ ਪਟਰੀਆਂ ਵਾ ਸੋ ਇੱਕ ਤੋਂ ਵਧੇਰੇ ਆ ਦੋ ਹੋ ਸਕਦੀਆਂ ਤਿੰਨ ਹੋ ਸਕਦੀਆਂ ਸੋ ਇੱਕ ਤੋਂ ਵਧੇਰੇ ਇਹ ਚਾਣ ਲਓ ਇਲ ਸਨੇਆਲੇ ਰ ਫਿਗੁਰਾ ਤੋਂ ਇੰਪੋਨੇ ਦੀ ਰਸਤਾਰ ਸੀ ਜ਼ਰੂਰਤ ਆ ਇੰਪੋਨੇ ਮਲ ਜ਼ਰੂਰਤ ਆ ਲੋੜ ਆ ਦੀ ਰਸਤਾਰ ਸੀ ਰੁਕਣ ਦੀ ਐਂਥਰੋਲਾ ਸ੍ਰਿਸ਼ਾ ਦੀ ਰਸਤੋ ਜਿਹੜੀ ਸ੍ਰਿਸ਼ਾ ਦੀ ਰਸਤੋ ਹੁੰਦੀ ਆ ਜਿਹੜੀ ਲਾਈਨ ਹੁੰਦੀ ਆ ਜਿਹੜੀ ਰੁਕਣ ਦੀ ਉੱਥੇ ਸਾਨੂੰ ਜ਼ਰੂਰਤ ਆ ਜੇ ਰੁਕਣ ਦੀ ਸ੍ਰਿਸ਼ਾ ਦੀ ਰਸਤੋ ਦੇ ਸੇ ਐ ਅਰੀਵੋ ਇਨ ਟ੍ਰੇਨੋ ਕਿ ਅਗੇ ਜਿਹੜੀ ਟ੍ਰੇਨ ਆ ਰਹੀ ਆ ਸੋ ਸਾਨੂੰ ਜਿਹੜੀ ਜ਼ਰੂਰਤ ਆ ਜੀ ਰੁਕਣ ਦੀ ਕਿੱਥੇ ਸ੍ਰਿਸ਼ਾ ਦੀ ਰਸਤੋ ਜੇ ਸੋ ਅੱਗੇ ਹੈਗਾ ਜੀ ਇਲ ਸਨੇ ਵਾਲੇ ਰਫੀਗੁਰਾ ਤੋਂ ਐਪੋਸਟੋ ਨੈਲੇ ਇਮੀਡੀਆ ਤੇ ਵਿਚਿਨਾਂਸੇ ਇਹਨਾਂ ਸਿਗਨਲ ਦਿਖਾਇਆ ਗਿਆ ਇਹ ਲੱਗਿਆ ਹੁੰਦਾ ਉਹਨਾਂ ਲਈ ਇਮਿਟੀਆਤੇ ਵਿਚ ਨਾਂਸੇ ਇੱਕਦਮ ਨਜ਼ਦੀਕ ਦੀ ਉਨ ਅਟਰਾਵਰਸਮੈਂਟੋ ਫੇਰੋਵੀਆਰੀਆ ਕਿ ਇੱਕ ਰੇਲਵੇ ਕ੍ਰੋਸਿੰਗ ਦੇ ਆਲੀਵੈਲੋ ਸੈਂਸਾ ਬਰੀਏ ਦੇ ਕਿ ਜਿੱਥੇ ਬੈਰੀਅਰ ਨਹੀਂ ਹੁੰਦੇ ਸੋ ਜਿਹੜਾ 파ਟਕ ਜਿੱਥੇ ਬੈਰੀਅਰ ਨਹੀਂ ਹੁੰਦੇ ਇਲਸ ਨਿਹਾਲੇ ਦਾ ਫਿਗੁਰਾ ਤੋਂ ਇੰਡੀਕਾ ਸੰਕੇਤ ਦਿੰਦਾ ਹੈ ਕਿ ਲਾ ਲੀਨੀਆ ਫੇਰੋਵੀਆਰੀਆ ਕਿ ਕਿ ਜਿਹੜੀ ਰੇਲਵੇ ਲਾਈਨ ਆਪਿਓ ਦੀ ਉਨ ਬਿਨਾਰੀਓ ਜਿੱਥੇ ਇੱਕ ਤੋਂ ਵਧੇਰੇ ਆਪਣੇ ਪਟੜੀਆਂ ਵਾ ਸੋ ਜਿਵੇਂ ਕਿ ਤੁਹਾਨੂੰ ਦੱਸਿਆ ਗਿਆ ਸੀ ਇਹ ਸੰਨੇਹਾਰੇ ਰਾ ਫਿਗੁਰਾਟੋ ਇਨ ਵਿਤਾ ਸੋ ਸਾਨੂੰ ਜਿਹੜਾ ਸਿਗਨਲ ਦਿਖਾਏਗਾ ਇਨ ਵਿਤਾ ਸਾਨੂੰ ਸੱਦਾ ਦਿੰਦਾ ਹੈ ਸਾਨੂੰ ਸੱਦਾ ਦਿੰਦਾ ਹੈ ਆਫਾ ਰੇ ਕਰਨ ਦਾ ਕੀ ਕਰਨ ਦਾ ਸਾਨੂੰ ਸੱਦਾ ਦਿੰਦਾ ਹੈ ਕੀ ਸਾਨੂੰ ਇਨਵੀਟੇਸ਼ਨ ਦਿੰਦਾ ਹੈ ਕਰਨ ਦਾ ਅਟੈਂਸਿਓਨੇ ਧਿਆਨ ਕਰਨ ਦਾ ਸੋ ਸਾਨੂੰ ਧਿਆਨ ਕਰਨ ਦਾ ਸੱਦਾ ਦਿੰਦਾ ਹੈ ਪ੍ਰੀਮਾ ਪਹਿਲਾਂ ਪ੍ਰੀਮਾ ਦੀ ਅਟਰਾਵਰਸਾਰੇ ਸੋ ਕ੍ਰੋਸ ਕਰਨ ਤੋਂ ਪਹਿਲਾਂ ਫਿਰਕੇ ਕਿਉਂਕਿ ਪੁੱਤਰੇ ਬੇ ਹੋ ਸਕਦਾ ਹੈ ਤ੍ਰਾਂਸਿਤਾ ਰੇ ਵੀ ਉਹਦੀ ਉਹਨ ਟ੍ਰੇਨ ਕਿ ਇੱਕ ਤੋਂ ਵੱਡੇ ਦੇ ਜਿਹੜੀ ਟ੍ਰੇਨ ਆ ਉਹ ਲੰਘੇ ਕਿਉਂਕਿ ਦੋ ਵੀ ਨ ਆ ਰਹੀਆਂ ਤਿੰਨ ਵੀ ਨ ਆ ਰਹੀਆਂ ਸੋ ਸਾਨੂੰ ਸਦਾ ਦਿੰਦਾ ਹੈ ਜਿਆਦਾ ਧਿਆਨ ਕਰਨ ਦਾ ਕਿਉਂਕਿ ਇੱਕ ਲੰਗੀ ਆ ਟ੍ਰੇਨ ਇਹਦਾ ਮਲਵੇ ਨਹੀਂ ਕਿ ਅਹੀਂ ਸੋਚ ਲਏ ਕਿ ਜੀ ਹੋਣ ਤਾਂ ਇੱਕ ਟ੍ਰੇਨ ਲੰਘੀ ਆ ਪਟਰੀ ਫ੍ਰੀ ਹੋ ਗਈ ਆ ਤੇ ਅਸੀਂ ਜਾਦੇ ਤਹੀ ਲੰਘ ਜੀ ਨਹੀਂ ਵੇਟ ਕਰੋ ਵੇਖੋ ਕਿ ਉਹ ਦੂਜੀ ਟ੍ਰੇਨ ਤ ਨਹੀਂ ਹੁੰਦੀ ਵੀ ਨਹੀਂ ਹੁੰਦੀ ਵੀ ਤੱਕੇ ਲੰਘੋ ਥੋੜਾ ਹੌਸਲੇ ਦੇ ਨਾਲ ਹਨ ਸੋ ਇਸ ਲਈ ਤੁਹਾਨੂੰ ਤਿਆਰ ਕਰਨ ਦੀ ਜ਼ਰੂਰਤ ਆ Il sennale raffigurato si trova dopo il pannello distanziometrici a barre rosse. Quando age il segnale dikhaya gaya si trova milta hai do baad nu e panneli distanziometrici jehde distance dasdiyan ne oh panneli to baad a bare rosse jehde bare rosse hunde a so eto baad hi melda ji kyunki e ta patri te upar lagya hunda ek dam nazdeek so e ta oh jehde signal e a e to ode to baad hi melna tarah bare rosse ton aage a ji il sennale e un ਇਸ ਨੇੜਲੇ ਰਫਿਗੁਰਾਟੋ ਦਾ ਸਿਗਨਲ ਦਿਖਾਇਆ ਗਿਆ ਐ ਉਸ ਨੇੜਲੇ ਦੀ ਪੇਰੀਕਲੋ ਕੀਦਰਾ ਸਿਗਨਲ ਹੈ ਜੀ ਖਤਰੇ ਦਾ ਸੋ ਇਹਦੇ ਵਿੱਚ ਇੱਕ ਨਵੀਂ ਚੀਜ਼ ਆਈ ਹੈ ਸ੍ਰਿਸ਼ਾ ਦੀ ਅਰੇਸਟੋ ਸੋ ਤੁਹਾਨੂੰ ਵਿਖਾਉਣਾ ਸ੍ਰਿਸ਼ਾ ਦੀ ਅਰੇਸਟੋ ਕੀ ਹੁੰਦਾ ਵਾ